ਅਜ਼ੀਜ਼ ਥਿਓਫਿਲਸ, ਉਹਨਾਂ ਗੱਲਾਂ ਦਾ ਜ਼ਿਕਰ ਜਿਹੜੀਆਂ ਸਾਡੇ ਵਿੱਚ ਹੋ ਚੁੱਕੀਆਂ ਨੇ, ਮੈਂ ਤੈਨੂੰ ਤਰਤੀਬ ਨਾਲ ਲਿਖ ਰਿਹਾ ਤਾਂ ਜੋ ਹਰ ਗੱਲ ਦੀ ਅਸਲ ਸੱਚਾਈ ਦਾ ਤੈਨੂੰ ਪਤਾ ਲੱਗ ਜਾਏ। ਉਹਨਾਂ ਦਿਹਾੜਿਆਂ ਵਿੱਚ ਜਦੋਂ ਕੈਸਰ ਅਗਸਤਸ ਰੋਮ ਦਾ ਹਾਕਮ ਸੀ ਤੇ ਹੈਰੋਦੀਸ ਯਹੂਦੀਆ ਦਾ ਬਾਦਸ਼ਾਹ ਸੀ, ਰੱਬ ਨੇ ਜਿਬਰਾਇਲ ਫਰਿਸ਼ਤੇ ਨੂੰ ਨਾਸਰਤ ਸ਼ਹਿਰ ਦੀ ਇੱਕ ਕੁਆਰੀ ਕੋਲ ਘੱਲਿਆ ਜਿਹਦਾ ਨਾਂ ਸੀ ਮਰੀਅਮ। ਖੌਫ ਨਾ ਖਾ ਮਰੀਅਮ, ਰੱਬ ਨੇ ਤੇਰੇ 'ਤੇ ਕਰਮ ਕੀਤਾ ਏ। ਦੇਖ, ਤੂੰ ਹਾਮਲਾ ਹੋਏਗੀ ਅਤੇ ਪੁੱਤਰ ਜੰਮੇਗੀ, ਉਹਦਾ ਨਾਂ ਯਸੂ ਰੱਖਣਾ। ਇਹ ਕਹਿੰਚੋ ਬਿਗਾ, ਮੈਂ ਕੁਆਰੀ ਹਾਂ। ਰੂਹੇ ਪਾਕ ਤੇਰੇ 'ਤੇ ਸਾਇਆ ਕਰੇਗਾ ਅਤੇ ਇਸ ਲਈ ਉਹ ਪਾਕ ਬੱਚਾ ਖੁਦਾ ਤਾਲਾ ਦਾ ਪੁੱਤਰ ਕਹਿਲਾਏਗਾ, ਉਹਦੀ ਬਾਦਸ਼ਾਹੀ ਦਾ ਆਖਰ ਨਾ ਹੋਵੇਗਾ। ਮਰੀਅਮ ਯਹੂਦੀਆ ਦੇ ਸ਼ਹਿਰ ਆਪਣੀ ਰਿਸ਼ਤੇਦਾਰ ਅਲਿਸ਼ਬਾ ਨੂੰ ਮਿਲਣ ਗਈ। ਉਹ ਵੀ ਮੌਜਜ਼ਾਨਾ ਤਰੀਕੇ ਨਾਲ, ਉਮੀਦ ਨਾਲ ਸੀ। ਅਲਿਸ਼ਬਾ, ਮਰੀਅਮ, ਮੇਰੀ ਭੈਣ ਮਰੀਅਮ, ਤੂੰ ਸਭਨਾ ਔਰਤਾਂ ਤੋਂ ਮੁਬਾਰਕ ਹੈ ਤੇ ਬੱਚਾ ਜਿਹੜਾ ਤੇਰੇ ਤੋਂ ਜੰਮੇਗਾ। ਜਦੋਂ ਮੈਂ ਤੇਰੇ ਸਲਾਮ ਦੀ ਆਵਾਜ਼ ਸੁਣੀ, ਬੱਚਾ ਮੇਰੇ ਪੇਟ 'ਚ ਬੜੀ ਖੁਸ਼ੀ ਦੇ ਨਾਲ ਉੱਛਲਿਆ। ਮੇਰੀ ਜਾਨ ਰੱਬ ਦੀ ਵਡਿਆਈ ਕਰਦੀ ਏ, ਮੇਰੀ ਰੂਹ ਮੇਰੇ ਮਨਾਂ 'ਚ ਖੁਦਾ ਤੋਂ ਖੁਸ਼ ਏ। ਹੁਣ ਤੋਂ ਲੈ ਕੇ ਸਭ ਲੋਕ ਮੈਨੂੰ ਮੁਬਾਰਕ ਕਹਿਣਗੇ। ਸੁਣੋ ਨਾਸਰਤ ਦੇ ਰਹਿਣ ਵਾਲਿਓ, ਕੈਸਰ ਅਗਸਤਸ ਦੇ ਹੁਕਮ ਦੇ ਮੁਤਾਬਿਕ ਗਲੀਲ ਤੇ ਯਹੂਦੀਆ ਦੀ ਰਹਿਣ ਵਾਲੀ ਰਿਆਇਆ ਮਰਦਮ ਸ਼ੁਮਾਰੀ ਲਈ ਆਪਣੇ ਆਪਣੇ ਪਿਓ ਦਾਦਿਆਂ ਦੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਨਾਂ ਲਿਖਵਾਉਣ। ਮਰੀਅਮ ਯਹੂਦੀਆ ਦੇ ਸ਼ਹਿਰ ਬੈਤੁਲ ਹਮ ਵਿੱਚ ਆਪਣੇ ਮੰਗੇਤਰ ਯੂਸਫ ਨਾਲ ਨਾਂ ਦਰਜ ਕਰਾਉਣ ਗਈ। ਪਰ ਬੈਤੁਲ ਹਮ ਵਿੱਚ ਉਹਨਾਂ ਲਈ ਕੋਈ ਥਾਂ ਨਹੀਂ ਸੀ ਤੇ ਜੇ ਮਿਲੀ ਵੀ ਤੇ ਉਹ ਵੀ ਡੰਗਰਾਂ ਦੇ ਅਸਤਬਲ ਵਿੱਚ। ਉਸੇ ਇਲਾਕੇ ਵਿੱਚ ਕੁਝ ਅਯਾਲੀ ਰਾਤ ਦੇ ਵੇਲੇ ਆਪਣੇ ਇੱਜੜ ਦੀ ਰਖਵਾਲੀ ਕਰਦੇ ਸਨ ਜਦੋਂ ਇੱਕ ਫਰਿਸ਼ਤਾ ਉਹਨਾਂ ਤੇ ਜ਼ਾਹਿਰ ਹੋਇਆ ਤੇ ਰੱਬ ਦਾ ਨੂਰ ਉਹਨਾਂ ਦੇ ਦੁਆਲੇ ਚਮਕਿਆ। ਅੱਜ ਦੇ ਦਿਨ ਦਾਊਦ ਦੇ ਸ਼ਹਿਰ ਵਿੱਚ ਤੁਹਾਡੇ ਲਈ ਨਜਾਤ ਦਹਿੰਦਾ ਪੈਦਾ ਹੋਇਆ ਹੈ, ਮਸੀਹ ਖੁਦਾਵੰਦ। ਅਯਾਲੀਆਂ ਖੁਰਲੀ ਵਿੱਚ ਪਏ ਬੱਚੇ ਨੂੰ ਵੇਖਣ ਦੀ ਛੇਤੀ ਕੀਤੀ ਤੇ ਸਭ ਤੋਂ ਪਹਿਲਾਂ ਕੁਆਰੀ ਮਾਂ ਦੀ ਤੇ ਨਿਜਾਤ ਦਹਿੰਦਾ ਦੇ ਜੰਮਣ ਦੀ ਖਬਰ ਫੈਲਾ ਦਿੱਤੀ। ਇੱਕ ਹਫ਼ਤੇ ਬਾਅਦ ਬੱਚੇ ਦੇ ਖਤਨੇ ਦੇ ਵੇਲੇ ਉਹਦਾ ਨਾਂ ਯਸੂ ਰੱਖਿਆ ਗਿਆ। ਫਿਰ ਯੂਸਫ ਤੇ ਮਰੀਅਮ ਬੱਚੇ ਨੂੰ ਖੁਦਾਵੰਦ ਦੇ ਸਾਹਮਣੇ ਪੇਸ਼ ਕਰਨ ਲਈ ਯਰੂਸ਼ਲਮ ਲੈ ਗਏ। ਹੈਕਲ ਵਿੱਚ ਇੱਕ ਨੇਕ ਬੰਦਾ ਸੀ ਜਿਹਦੇ ਨਾਲ ਰੂਹ ਪਾਕ ਦਾ ਵਾਅਦਾ ਸੀ ਕਿ ਜਦੋਂ ਤੱਕ ਉਹ ਮਸੀਹ ਨੂੰ ਵੇਖ ਨਾ ਲਵੇ ਨਹੀਂ ਮਰੇਗਾ। ਉਹਦਾ ਨਾਂ ਸੀ ਸ਼ਮੂਨ। ਖੁਦਾਵੰਦ ਆਪਣੇ ਬੰਦੇ ਨੂੰ ਆਪਣੇ ਕੌਲ ਦੇ ਮੁਤਾਬਿਕ ਸਲਾਮਤੀ ਨਾਲ ਰੁਖਸਤ ਕਰ। ਮੇਰੀਆਂ ਅੱਖਾਂ ਤੇਰੀ ਨਿਜਾਤ ਵੇਖ ਲਈ ਹੈ, ਇਹ ਬੱਚਾ ਖੁਦਾ ਦਾ ਚੁਣੀਤਾ ਹੈ। ਖੁਦਾਵੰਦ ਦੋਵਾਂ ਨੂੰ ਬਰਕਤ ਦੇ। ਤੇ ਜਦੋਂ ਮੂਸਾ ਦੀ ਸ਼ਰੀਅਤ ਦੇ ਮੁਤਾਬਿਕ ਉਹ ਸਾਰੀਆਂ ਰਸਮਾਂ ਪੂਰੀਆਂ ਕਰ ਚੁੱਕੇ, ਉਹ ਯਰੂਸ਼ਲਮ ਛੱਡ ਕੇ ਵਾਪਸ ਨਾਸਰਤ ਚਲੇ ਗਏ। ਜਦੋਂ ਯਸੂ 12 ਸਾਲਾਂ ਦਾ ਹੋਇਆ, ਯੂਸਫ ਤੇ ਮਰੀਅਮ ਫਸਾ ਦੀ ਈਦ ਤੇ ਉਹਨੂੰ ਯਰੂਸ਼ਲਮ ਲੈ ਗਏ। ਜਦੋਂ ਵਾਪਸ ਘਰ ਜਾਣ ਲੱਗੇ ਤੇ ਸਮਝੇ ਕਿ ਬੱਚਾ ਉਹਨਾਂ ਦੇ ਨਾਂ ਲੇ, ਜਦਕਿ ਯਸੂ ਜਾਣ ਬੁੱਝ ਕੇ ਪਿੱਛੇ ਰਹਿ ਗਿਆ। ਬੱਚੇ ਨੂੰ ਲੱਭਦੇ ਹੋਏ ਸ਼ਹਿਰ ਵਾਪਸ ਗਏ ਤੇ ਤੀਜੇ ਦਿਨ ਬੱਚਾ ਬਜ਼ੁਰਗਾਂ ਤੇ ਕਾਹਨਾਂ ਦੇ ਨਾਲ ਬੈਠਾ ਮਿਲਿਆ।
ਕਿਹਦਾ ਪੁੱਤਰ ਹੈ ਉਹ ਜਿਹੜਾ ਇਹੋ ਜਿਹਾ ਸਵਾਲ ਪੁੱਛਦਾ ਹੈ? ਇਹ ਨਾਸਰਤ ਤੋਂ ਹੈ, ਅਸਾਂ ਸੋਚੇ ਸਾਡੇ ਨਾਲ ਹੀ ਹੋਏਗਾ। ਇਹਦੇ ਜੋਸ਼ ਨੂੰ ਮਾਫ਼ ਕਰ ਦਿਓ। ਜਿਨ੍ਹਾਂ ਨੇ ਉਹਨੂੰ ਸੁਣਿਆ ਹੈਰਾਨ ਰਹਿ ਗਏ। ਪੁੱਤਰ ਤੂੰ ਕੀ ਸਾਡੇ ਨਾਲ ਕੀਤਾ ਹੈ? ਤੇਰਾ ਪਿਓ ਤੇ ਮੈਂ ਕੁੜਦੇ ਹੋਏ ਤੈਨੂੰ ਲੱਭਦੇ ਸਾਂ। ਤੁਸੀਂ ਮੈਨੂੰ ਕਿਉਂ ਲੱਭਦੇ ਸੋ? ਤੁਹਾਨੂੰ ਪਤਾ ਨਹੀਂ ਕਿ ਮੈਂ ਆਪਣੇ ਬਾਪ ਦਾ ਕੰਮ ਵੀ ਕਰਨਾ ਹੈ। ਉਹ ਉਹਨਾਂ ਨਾਲ ਨਾਸਰਤ ਵਿੱਚ ਆਇਆ ਤੇ ਉਹ ਅਕਲ, ਕਦ ਬੁੱਤ, ਖੁਦਾ ਤੇ ਬੰਦਿਆਂ ਦੀ ਨਜ਼ਰ ਵਿੱਚ ਤਰੱਕੀ ਕਰਦਾ ਗਿਆ। ਬਾਦਸ਼ਾਹ ਤਿਬਰੀਆਸ ਦੀ ਬਾਦਸ਼ਾਹੀ ਦੇ 15ਵੇਂ ਸਾਲ, ਜਦੋਂ ਪੈਂਤੂਸ ਪਲਾਤੂਸ ਯਹੂਦੀਆ ਦਾ ਗਵਰਨਰ ਤੇ ਹੈਰੋਦੀਸ ਗਲੀਲ ਦਾ ਹੁਕਮਰਾਨ ਸੀ, ਹਿਨਨੀਆ ਤੇ ਕਾਇਫਾ ਸਰਦਾਰ ਕਾਹਿਨ ਸਨ। ਖੁਦਾ ਦਾ ਕਲਾਮ ਬਯਾਬਾਨ ਵਿੱਚ ਯੂਹੰਨਾ ਤੇ ਨਾਜ਼ਿਲ ਹੋਇਆ ਤੇ ਉਹ ਯਰਦਨ ਦੇ ਪਾਰ ਮੁਲਕ ਵਿੱਚ ਆ ਕੇ ਗੁਨਾਹਾਂ ਤੋਂ ਤੌਬਾ ਦੇ ਬਪਤਿਸਮੇ ਦੀ ਮੁਨਾਦੀ ਕਰਨ ਲੱਗਾ। ਆਪਣੇ ਗੁਨਾਹਾਂ ਤੋਂ ਤੌਬਾ ਕਰੋ ਤੇ ਬਪਤਿਸਮਾ ਲਓ, ਖੁਦਾ ਤੁਹਾਡੇ ਗੁਨਾਹ ਮੁਆਫ ਕਰੇਗਾ। ਯਸਾਇਆ ਨਬੀ ਦੀ ਕਿਤਾਬ ਵਿੱਚ ਇਹ ਲਿਖਿਆ ਹੈ, ਬਿਆਬਾਨ ਵਿੱਚ ਪੁਕਾਰਨ ਵਾਲੇ ਦੀ ਆਵਾਜ਼, ਖੁਦਾਵੰਦ ਲਈ ਰਾਹ ਤਿਆਰ ਕਰੋ, ਉਹਦੇ ਚੱਲਣ ਲਈ ਰਾਹ ਸਿੱਧੀ ਬਣਾਓ। ਹਰ ਇੱਕ ਵਾਦੀ ਭਰ ਦਿੱਤੀ ਜਾਏਗੀ, ਹਰ ਇੱਕ ਪਹਾੜ ਤੇ ਟੀਲਾ ਬਰਾਬਰ ਕੀਤਾ ਜਾਏਗਾ, ਟੇੜੀ ਸੜਕ ਸਿੱਧੀ ਕੀਤੀ ਜਾਏਗੀ ਤੇ ਟਿੱਬੇ ਪੱਧਰੇ ਕੀਤੇ ਜਾਣਗੇ ਤੇ ਸਾਰੇ ਲੋਕ ਖੁਦਾ ਦੀ ਨਜਾਤ ਦੇਖਣਗੇ। ਅਸੀਂ ਕੀ ਕਰੀਏ? ਹਾਂ ਦੱਸੋ, ਅਸੀਂ ਕੀ ਕਰੀਏ? ਓ ਸੱਪਾਂ ਦੀ ਔਲਾਦ, ਤੁਸੀਂ ਕੀ ਚਾਹੁੰਦੇ ਹੋ ਅਸੀਂ ਕਰੀਏ? ਦੱਸੋ ਦੱਸੋ ਸਾਨੂੰ ਦੱਸੋ, ਕਿਹੜੇ ਰਾਹ ਪਈਏ? ਜਿਹਦੇ ਕੋਲ ਦੋ ਕੁੜਤੇ ਨੇ, ਇੱਕ ਉਹਨੂੰ ਦੇ ਦੇ, ਜਿਹਦੇ ਕੋ ਨਹੀਂ, ਜਿਹਦੇ ਕੋ ਰੋਟੀ ਏ ਉਹ ਵੰਡ ਖਾਏ। ਉਸਤਾਦ, ਅਸੀਂ ਤੇ ਮਸੂਲ ਲੈਣ ਵਾਲੇ ਹਾਂ, ਅਸੀਂ ਕੀ ਕਰੀਏ? ਜਿੰਨਾ ਹੱਕ ਏ ਉਦੋਂ ਨਾ ਵਧੋ। ਸਾਡੇ ਲਈ ਕੀ ਏ ਤੇ ਅਸੀਂ ਕੀ ਕਰੀਏ? ਕਿਸੇ ਕੋਲੋਂ ਧੱਕੇ ਨਾਲ ਪੈਸੇ ਨਾ ਲਾਓ, ਕਿਸੇ ਤੇ ਝੂਠਾ ਇਲਜ਼ਾਮ ਨਾ ਲਾਓ, ਆਪਣੀ ਤਨਖਾਹ ਤੇ ਗੁਜ਼ਾਰਾ ਕਰੋ। ਦੱਸੋ ਕੀ ਤੁਸੀਂ ਮਸੀਹ ਹੋ? ਮੈਂ ਤੇ ਬਪਤਿਸਮਾ ਪਾਣੀ ਨਾ ਦੇਣਾ, ਪਰ ਜਿਹੜਾ ਆਉਣ ਵਾਲਾ ਏ ਉਹ ਮੇਰੇ ਤੋਂ ਬਹੁਤ ਵੱਡਾ ਏ, ਮੈਂ ਉਹਦੀ ਜੁੱਤੀ ਦਾ ਤਸਮਾ ਵੀ ਖੋਲਣ ਦੇ ਲਾਇਕ ਨਹੀਂ। ਉਹ ਤੁਹਾਨੂੰ ਪਾਕਰੂ ਤੇ ਅੱਗ ਦਾ ਬਪਤਿਸਮਾ ਦੇਵੇਗਾ, ਉਹਦਾ ਛੱਜ ਉਹਦੇ ਹੱਥ ਏ, ਤਾਂ ਕਿ ਦਾਣਿਆਂ ਨੂੰ ਛੱਟੇ ਤੇ ਕਣਕ ਨੂੰ ਆਪਣੇ ਖੱਤੇ ਵਿੱਚ ਜਮ੍ਹਾਂ ਕਰੇ। ਤੇ ਰੂਹ ਅਲ ਕੁਦਸ ਕਬੂਤਰ ਦੀ ਜਿਸਮਾਨੀ ਸ਼ਕਲ ਵਿੱਚ ਯਸੂ ਤੇ ਉਤਰਿਆ। ਤੇ ਅਸਮਾਨੋਂ ਇੱਕ ਆਵਾਜ਼ ਆਈ, ਤੂੰ ਮੇਰਾ ਪਿਆਰਾ ਬੇਟਾ ਹੈ ਜਿਹਦੇ ਨਾਲ ਮੈਂ ਬਹੁਤ ਖੁਸ਼ ਹਾਂ।
ਜਦੋਂ ਯਸੂ ਆਪਣਾ ਕੰਮ ਸ਼ੁਰੂ ਕੀਤਾ ਉਹ 30 ਵਰਿਆਂ ਦਾ ਸੀ। ਉਹ ਰੂਹ ਪਾਕ ਨਾਲ ਭਰਿਆ ਹੋਇਆ ਯਰਦਨ ਤੋਂ ਵਾਪਸ ਆਇਆ ਤੇ ਰੂਹ ਉਹਨੂੰ ਬਿਆਬਾਨ ਵਿੱਚ ਲੈ ਗਿਆ ਜਿੱਥੇ ਸ਼ੈਤਾਨ ਨੇ ਉਹਨੂੰ 40 ਦਿਨਾਂ ਤੱਕ ਅਜ਼ਮਾਇਆ। ਇਹਨਾਂ ਸਾਰਿਆਂ ਦਿਨਾਂ ਵਿੱਚ ਉਹਨੇ ਕੁਝ ਨਾ ਖਾਧਾ। ਤੇ ਇਬਲੀਸ ਨੇ ਉਹਨੂੰ ਕਿਹਾ, ਜੇ ਤੂੰ ਖੁਦਾ ਦਾ ਪੁੱਤਰ ਹੈ ਤੇ ਪੱਥਰ ਨੂੰ ਆਖ ਰੋਟੀ ਬਣ ਜਾਏ। ਇਹ ਲਿਖਿਆ ਹੈ, ਬੰਦਾ ਸਿਰਫ ਰੋਟੀ ਨਾਲ ਹੀ ਜਿਉਂਦਾ ਨਹੀਂ ਰਹਿੰਦਾ ਪਰ ਖੁਦਾ ਦੇ ਕਲਾਮ ਨਾਲ। ਫਿਰ ਇਬਲੀਸ ਉਹਨੂੰ ਉੱਚੇ ਥਾਂ ਲੈ ਗਿਆ ਤੇ ਪਲ ਵਿੱਚ ਦੁਨੀਆਂ ਦੀ ਬਾਦਸ਼ਾਹੀ ਵਿਖਾਈ। ਮੈਂ ਤੈਨੂੰ ਇਹਦਾ ਸਾਰਾ ਇਖਤਿਆਰ ਤੇ ਦੌਲਤ ਦੇ ਦੇਵਾਂਗਾ। ਐਸ ਲਈ ਕਿਹਾ ਮੇਰੇ ਹੱਥ ਵਿੱਚ, ਮੈਂ ਜਿਹਨੂੰ ਚਾਹਵਾਂ ਦੇ ਸਕਦਾ ਵਾਂ। ਇਹ ਸਭ ਕੁਝ ਤੇਰਾ ਹੋ ਜਾਏਗਾ ਜੇ ਤੂੰ ਮੈਨੂੰ ਸਜਦਾ ਕਰੇ। ਇਹ ਲਿਖਿਆ ਹੈ, ਤੂੰ ਖੁਦਾਵੰਦ ਆਪਣੇ ਖੁਦਾ ਨੂੰ ਸਜਦਾ ਕਰ ਤੇ ਸਿਰਫ ਉਸੇ ਦੀ ਇਬਾਦਤ ਕਰ। ਫਿਰ ਇਬਲੀਸ ਉਹਨੂੰ ਯਰੂਸ਼ਲਮ ਲੈ ਗਿਆ ਤੇ ਹੈਕਲ ਦੇ ਉੱਚੇ ਕਿੰਗਰੇ ਤੇ ਆਖ ਲਾ ਰਿਹਾ, ਜੇ ਤੂੰ ਖੁਦਾ ਦਾ ਪੁੱਤਰ ਹੈ ਤੇ ਆਪਣੇ ਆਪ ਨੂੰ ਥੱਲੇ ਸੁੱਟ। ਉਹ ਲਿਖਿਆ ਹੈ ਕਿ ਫਰਿਸ਼ਤਿਆਂ ਨੂੰ ਹੁਕਮ ਦੇਗਾ ਤੇ ਉਹ ਤੈਨੂੰ ਆਪਣੇ ਹੱਥਾਂ ਤੇ ਚੁੱਕ ਲੈਣਗੇ। ਉਹ ਤੈਨੂੰ ਆਪਣੇ ਹੱਥਾਂ ਨਾਲ ਸੰਭਾਲ ਲੈਣਗੇ ਤਾਂ ਜੋ ਤੇਰੇ ਪੈਰਾਂ ਨੂੰ ਸੱਟ ਨਾ ਲੱਗੇ। ਕਲਾਮ 'ਚ ਲਿਖਿਆ ਹੈ, ਤੂੰ ਖੁਦਾਵੰਦ ਆਪਣੇ ਖੁਦਾ ਦੀ ਅਜ਼ਮਾਇਸ਼ ਨਾ ਕਰ। ਤੇ ਫਿਰ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਦੀ ਪਰਵਰਿਸ਼ ਹੋਈ ਸੀ। ਕੈਸੀ ਹੈ? ਠੀਕ ਹੈ। ਉਹ ਹਮੇਸ਼ਾ ਵਾਂਗ ਸਬਤ ਦੇ ਦਿਨ ਇਬਾਦਤ ਖਾਨੇ ਗਿਆ। ਉਹਨੂੰ ਯਸਾਇਆ ਨਬੀ ਦਾ ਸਹੀਫਾ ਪੜ੍ਹਨ ਲਈ ਕਿਹਾ ਗਿਆ। ਖੁਦਾਵੰਦ ਦੀ ਰੂਹ ਮੇਰੇ ਤੇ ਵੇ, ਉਹਨੇ ਮੈਨੂੰ ਇਸ ਲਈ ਚੁਣਿਆ ਕਿ ਗਰੀਬਾਂ ਨੂੰ ਖੁਸ਼ੀ ਦੀ ਖਬਰ ਦਿਆਂ। ਉਹਨੇ ਮੈਨੂੰ ਇਸ ਲਈ ਭੇਜਿਆ ਕਿ ਕੈਦੀਆਂ ਨੂੰ ਆਜ਼ਾਦੀ ਤੇ ਅੰਨਿਆਂ ਨੂੰ ਅੱਖਾਂ ਦਿਆਂ, ਮਜ਼ਲੂਮਾਂ ਨੂੰ ਛੁੜਾਵਾਂ ਤੇ ਐਲਾਨ ਕਰਾਂ। ਉਹ ਵੇਲਾ ਆ ਗਿਆ ਹੈ ਜਦੋਂ ਖੁਦਾਵੰਦ ਆਪਣੇ ਲੋਕਾਂ ਨੂੰ ਬਚਾਏਗਾ। ਠੀਕ ਹੀ ਬੋਲਦਾ ਹੈ। ਕਲਾਮ ਦਾ ਇਹ ਹਿੱਸਾ ਜਿਹੜਾ ਤੁਸੀਂ ਸੁਣਿਆ ਹੈ ਅੱਜ ਪੂਰਾ ਹੋਇਆ ਹੈ। ਕਲਾਮ ਪੂਰਾ ਹੋਇਆ ਹੈ? ਇਹ ਵਾਅਦਾ ਤਾਂ ਸਿਰਫ ਮਸੀਹ ਪੂਰਾ ਕਰ ਸਕਦਾ ਹੈ। ਸਾਨੂੰ ਕਿਸ ਤਰ੍ਹਾਂ ਪਤਾ ਚੱਲੇਗਾ? ਬੇਸ਼ੱਕ ਤੁਸੀਂ ਇਹ ਮਸਲ ਮੈਨੂੰ ਆਖੋਗੇ, ਹਕੀਮਾ ਖੁਦ ਨੂੰ ਚੰਗਾ ਕਰ। ਤੁਸੀਂ ਮੈਨੂੰ ਇਹ ਵੀ ਆਖੋਗੇ, ਉਹੀ ਕੰਮ ਤੂੰ ਆਪਣੇ ਸ਼ਹਿਰ ਵਿੱਚ ਵੀ ਕਰ ਜਿਹੜੇ ਤੂੰ ਕਫਰਨਾਉਮ ਵਿੱਚ ਕੀਤੇ ਸਨ। ਮੈਂ ਤੁਹਾਨੂੰ ਦੱਸਾਂ, ਕੋਈ ਪੈਗੰਬਰ ਆਪਣੇ ਸ਼ਹਿਰ ਵਿੱਚ ਇੱਜ਼ਤ ਨਹੀਂ ਪਾਉਂਦਾ। ਇਹਨਾਂ ਲਫ਼ਜ਼ਾਂ ਨਾਲ ਯਸੂ ਨੇ ਆਪਣੇ ਆਪ ਨੂੰ ਮਸੀਹ ਖੁਦਾ ਦਾ ਮਸਾ ਕੀਤਾ ਹੋਇਆ ਉਹਦੇ ਲੋਕਾਂ ਦਾ ਨਿਜਾਤ ਦੇਂਦਾ ਸਾਬਤ ਕੀਤਾ, ਪਰ ਯਹੂਦੀਆਂ ਉਹਨੂੰ ਮਸੀਹ ਕਬੂਲ ਨਾ ਕੀਤਾ।
ਉਹਨਾਂ ਨੇ ਉਹਨੂੰ ਪਹਾੜੀ ਤੋਂ ਡੇਗਣ ਦਾ ਸੋਚਿਆ ਪਰ ਉਹ ਭੀੜ ਚੋਂ ਬਚ ਨਿਕਲਿਆ ਤੇ ਆਪਣੀ ਰਾਹ ਲਈ। ਉਥੋਂ ਚੱਲ ਕੇ ਉਹ ਗਲੀਲ ਦੇ ਸ਼ਹਿਰ ਕਫਰਨਹੂਮ ਵਿੱਚ ਆ ਗਿਆ ਤੇ ਰੋਮੀ ਹਰ ਥਾਂ ਕੌਮ ਤੇ ਹਕੂਮਤ ਕਰਦੇ ਨਜ਼ਰ ਆਉਂਦੇ ਸਨ ਤੇ ਲੋਕੀ ਮਸੀਹ ਨੂੰ ਪਏ ਉਡੀਕਦੇ ਸਨ ਤਾਂ ਜੋ ਉਹ ਉਹਨਾਂ ਨੂੰ ਉਹਨਾਂ ਦੇ ਜ਼ੁਲਮ ਤੋਂ ਛੁਡਾਏ। ਤੁਹਾਡੀ ਸਲਾਮਤੀ ਹੋਵੇ। ਤੁਹਾਡੇ ਤੇ ਵੀ ਮਾਲਕ। ਕਿਸ਼ਤੀ ਤੇ ਥਾਂ ਹੋਵੇਗੀ ਸ਼ਮੂਨ? ਕਿਉਂ ਨਹੀਂ, ਕਿਤੇ ਜਾ ਤੇ ਨਹੀਂ ਰਿਹਾ। ਕੋਈ ਗੱਲ ਕਰੋ, ਕੁਝ ਦੱਸੋ ਤੇ ਸਹੀ। ਯਸੂ, ਕੁਝ ਤੇ ਦੱਸ। ਇੱਕ ਵਾਰ ਇੰਜ ਹੋਇਆ, ਦੋ ਆਦਮੀ ਇਬਾਦਤ ਖਾਨੇ ਦੁਆ ਕਰਨ ਗਏ। ਇੱਕ ਤੇ ਫਰੀਸੀ ਸੀ ਤੇ ਦੂਜਾ ਮਸੂਲ ਲੈਣ ਵਾਲਾ ਸੀ। ਫਰੀਸੀ ਕੱਲਾ ਹੀ ਅਗਾਂਹ ਵੱਧ ਕੇ ਦੁਆ ਕਰਨ ਲੱਗਾ, ਤੇਰਾ ਸ਼ੁਕਰ ਕਰਨਾ ਰੱਬਾ, ਮੈਂ ਦੂਜਿਆਂ ਵਾਂਗ ਨਾ ਤੇ ਲਾਲਚੀ, ਨਾ ਹੀ ਬੇਈਮਾਨ ਤੇ ਨਾ ਹੀ ਜ਼ਾਨੀ ਆ। ਤੇਰਾ ਸ਼ੁਕਰ ਕਰਨਾ, ਮੈਂ ਇਸ ਮਸੂਲ ਲੈਣ ਵਾਲੇ ਵਰਗਾ ਨਹੀਂ। ਮੈਂ ਹਫ਼ਤੇ ਵਿੱਚ ਦੋ ਵਾਰ ਰੋਜ਼ਾ ਰੱਖਣਾ ਤੇ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇਣਾ। ਪਰ ਮਸੂਲ ਲੈਣ ਵਾਲਾ ਦੂਰ ਹੀ ਖਲੋ ਕੇ ਅਸਮਾਨ ਵੱਲ ਮੂੰਹ ਵੀ ਨਹੀਂ ਕਰਦਾ, ਸਗੋਂ ਆਪਣੀ ਛਾਤੀ ਪਿੱਟ ਕੇ ਕਹਿੰਦਾ ਹੈ, ਖੁਦਾਇਆ ਮੇਰੇ ਤੇ ਰਹਿਮ ਕਰ, ਮੈਂ ਗੁਨਾਹਗਾਰ ਹਾਂ। ਤੁਹਾਨੂੰ ਦੱਸਾਂ, ਫਰੀਸੀ ਨਹੀਂ ਮਸੂਲ ਲੈਣ ਵਾਲਾ ਖੁਦਾ ਦੀ ਨਜ਼ਰ ਵਿੱਚ ਚੰਗਾ ਗਿਣਿਆ ਗਿਆ, ਕਿਉਂ ਜੋ ਜਿਹੜਾ ਉੱਚਾ ਉੱਡੇ ਨੀਵਾਂ ਕੀਤਾ ਜਾਏਗਾ ਤੇ ਜਿਹੜਾ ਨੀਵਾਂ ਹੁੰਦਾ ਹੈ ਉੱਚਾ ਕੀਤਾ ਜਾਏਗਾ। ਤੁਸੀਂ ਕਿਸ਼ਤੀ ਖਹਿ ਕੇ ਡੂੰਘੇ ਪਾਣੀ 'ਚ ਲੈ ਚੱਲੋ, ਫਿਰ ਤੁਸੀਂ ਤੇ ਤੁਹਾਡੇ ਸਾਥੀ ਮੱਛੀ ਫੜਨ ਲਈ ਜਾਲ ਸੁੱਟੋ। ਓ ਮਾਲਿਕ, ਰਾਤ ਕਾਲੀ ਕੀਤੀ ਏ ਪਰ ਲੱਭਿਆ ਕੱਖ ਨਹੀਂ, ਪਰ ਤੁਹਾਡੇ ਕਹਿਣ ਤੇ ਮੈਂ ਜਾਲ ਸੁੱਟਣਾ ਵਾਂ। ਯਾਕੂਬ, ਯੂਹੰਨਾ, ਖੁਦਾਵੰਦ ਮੇਰੇ ਕੋਲ ਚਲਾ ਜਾ, ਮੈਂ ਗੁਨਾਹਗਾਰ ਇਨਸਾਨ ਹਾਂ। ਖੌਫ ਨਾ ਖਾਓ, ਤੂੰ ਲੋਕਾਂ ਨੂੰ ਮੇਰਾ ਮੁਰੀਦ ਬਣਾਵੇਂਗਾ। ਮੇਰੇ ਕੋਲ ਆਓ ਤੇ ਮੇਰਾ ਕਲਾਮ ਸੁਣੋ, ਸੁਣੋ ਤੇ ਜ਼ਿੰਦਗੀ ਪਾਓਗੇ। ਜਦ ਤੱਕ ਖੁਦਾਵੰਦ ਲੱਭਦਾ ਏ ਲੱਭੋ, ਜਦ ਤੱਕ ਨੇੜੇ ਦੇ ਪੁਕਾਰੋ, ਭੈੜਾ ਆਪਣੇ ਰਾਵਾਂ ਨੂੰ ਤੇ ਨਾਰਾਜ਼ ਆਪਣੇ ਖਿਆਲਾਂ ਨੂੰ ਛੱਡੇ ਤੇ ਖੁਦਾਵੰਦ ਵੱਲ ਫਿਰੇ, ਉਹ ਉਹਦੇ ਤੇ ਰਹਿਮ ਕਰਕੇ ਮਾਫ਼ ਕਰੇਗਾ। ਤੁਸੀਂ ਖੁਸ਼ੀ ਨਾਲ ਜਾਓਗੇ ਤੇ ਅਮਨ ਨਾਲ ਰਹੋਗੇ। ਯਸੂ, ਯਸੂ, ਤੇਰੀ ਮਿੰਨਤ ਕਰਦਾ, ਮੇਰੀ ਧੀ ਨੂੰ ਬਚਾ ਲਓ। ਸਰਕਾਰ ਰਹਿਮ ਕਰ, ਉਹ ਸਿਰਫ 12 ਵਰੇ ਨਹੀਂ ਤੇ ਮਰ ਰਹੀ ਹੈ। ਖੁਦਾ ਲਈ, ਖੁਦਾ ਲਈ ਮੇਰੇ ਨਾਲ ਆਓ। ਯਾਰ, ਮੈਨੂੰ ਅਫਸੋਸ ਹੈ, ਯਸੂ, ਤੇਰੀ ਧੀ ਮਰ ਗਈ ਹੈ, ਹੁਣ ਮਾਲਕ ਨੂੰ ਤਕਲੀਫ ਨਾ ਦੇ। ਖੌਫ ਨਾ ਕਰ,
ईमान रखो, चंगी हो जाएगी। बैठ न पाओ, ये मर नहीं गई, सुती है। एती है, उठ। ये मेरा हुक्म है, जो कुछ होया किसी ना दस्यो। ओदे बाद उन्हें एक मुहर्रर नू जिदा नाम मत्ती लावी सी चुंगी दे अड्डे ते चुंगी वसूल कर दे बैठियां वेख्या। मेरे पीछे आ, ते यसुफ पहाड़ ते दुआ करन गया ते सारी रात खुदा को लो दुआ करदा रिया। जदो दिन चढ़िया इस बारा नू चुनिया ते ओना नू रसूल आख्या। शमौन जिदा नाम पत्रस रख्या, ओदा प्रा इंद्रियास, याकूब, ते यूहन्ना। फिलिप्पस ते बिरतलमाई ते मती ते तोमा, याकूब हलफाई दा पुत्तर, शमाउन जड़ा जलोतियस कला हुंदा सी, ते यहूदा यकूब दा परा, ते यहूदा अस्कर यूती जिन्ने उन फड़ाया। Thank you.
ਮੁਬਾਰਕ ਹੋ ਤੁਸੀਂ ਜਿਹੜੇ ਗਰੀਬ ਹੋ, ਖੁਦਾ ਦੀ ਬਾਦਸ਼ਾਹੀ ਤੁਹਾਡੀ ਹੈ। ਮੁਬਾਰਕ ਹੋ ਤੁਸੀਂ ਜਿਹੜੇ ਭੁੱਖੇ ਹੋ, ਕਿਉਂ ਜੋ ਰੱਜੋਗੇ। ਮੁਬਾਰਕ ਹੋ ਤੁਸੀਂ ਜਿਹੜੇ ਰੋਂਦੇ ਹੋ, ਹੱਸੋਗੇ। ਮੁਬਾਰਕ ਹੋ ਤੁਸੀਂ ਜਦ ਲੋਕੀ ਤੁਹਾਡੇ ਤੋਂ ਨਫ਼ਰਤ ਕਰਨ ਤੇ ਤੁਹਾਨੂੰ ਰੱਦ ਕਰਨ ਤੇ ਬੇਇੱਜ਼ਤ ਕਰਨ ਤੇ ਇਬਨੇ ਆਦਮ ਮਾਰਿਆਂ ਤੁਹਾਨੂੰ ਭੈੜਾ ਆਖਣ। ਖੁਸ਼ ਹੋਵੋ ਤੇ ਖੁਸ਼ੀ ਨਾਲ ਨੱਚੋ, ਕਿਉਂ ਜੋ ਅਸਮਾਨ ਤੇ ਤੁਹਾਡੇ ਲਈ ਬਹੁਤ ਵੱਡਾ ਅਜਰ ਏ। ਉਹਨਾਂ ਦੇ ਪਿਓ ਦਾਦਿਆਂ ਨਬੀਆਂ ਨਾਲ ਵੀ ਇੰਜ ਹੀ ਕੀਤਾ ਸੀ। ਅਫਸੋਸ ਤੁਹਾਡੇ ਤੇ ਜਿਹੜੇ ਹੁਣ ਹੱਸਦੇ ਹੋ, ਤੁਸੀਂ ਹਾੜੇ ਪਾਓਗੇ। ਅਫਸੋਸ ਜਦੋਂ ਲੋਕ ਤੁਹਾਨੂੰ ਚੰਗਾ ਆਖਣ। ਉਹਨਾਂ ਦੇ ਪਿਛਲੀਆਂ ਝੂਠਿਆਂ ਨਬੀਆਂ ਨੂੰ ਵੀ ਇਸੇ ਤਰ੍ਹਾਂ ਹੀ ਆਖਿਆ ਸੀ। ਪਰ ਮੈਂ ਸੁਣਨ ਵਾਲਿਆਂ ਨੂੰ ਕਹਿਣਾ, ਵੈਰੀਆਂ ਨੂੰ ਪਿਆਰ ਕਰੋ, ਨਫ਼ਰਤ ਕਰਨ ਵਾਲਿਆਂ 'ਤੇ ਨੇਕੀ ਕਰੋ, ਲਾਨਤ ਕਰਨ ਵਾਲਿਆਂ ਲਈ ਬਰਕਤ ਚਾਹੋ, ਬੇਇਤਬਾਰਿਆਂ ਲਈ ਦੁਆ ਕਰੋ। ਅਗਰ ਕੋਈ ਤੁਹਾਡੀ ਇੱਕ ਗੱਲ 'ਤੇ ਚੰਡ ਮਾਰੇ ਤੇ ਦੂਜੀ ਉਹਦੇ ਵੱਲ ਫੇਰ ਦਿਓ। ਅਗਰ ਕੋਈ ਤੁਹਾਡਾ ਚੋਗਾ ਲੈ ਲੈ ਤੇ ਉਹਨੂੰ ਕੁਰਤਾ ਵੀ ਲੈ ਲੈਣ ਦਿਓ। ਪਰ ਜੇ ਕੋਈ ਮੰਗੇ ਤੇ ਉਹਨੂੰ ਦਿਓ, ਤੇ ਜੇ ਕੋਈ ਤੁਹਾਡਾ ਮਾਲ ਲੈ ਲੈ ਉਹਦੇ ਕੋਲ ਵਾਪਸ ਨਾ ਮੰਗੋ। ਦੂਜਿਆਂ ਲਈ ਕਰੋ ਜੇ ਚਾਹੁੰਦੇ ਹੋ ਕਿ ਦੂਜੇ ਤੁਹਾਡੇ ਲਈ ਕਰਨ। ਅਗਰ ਉਹਨਾਂ ਨੂੰ ਹੀ ਪਿਆਰ ਕਰੋ ਜਿਹੜੇ ਤੁਹਾਨੂੰ ਪਿਆਰ ਕਰਨ ਤੇ ਤੁਹਾਨੂੰ ਬਰਕਤ ਕਿੰਝ ਮਿਲੇ। ਪਾਪੀ ਵੀ ਪਿਆਰ ਦਾ ਜਵਾਬ ਪਿਆਰ ਵਿੱਚ ਦਿੰਦੇ ਨੇ। ਅਗਰ ਚੰਗਾ ਵਰਤਣ ਵਾਲਿਆਂ ਨਾਲ ਚੰਗਾ ਵਰਤੋ ਤੇ ਫਿਰ ਤੁਹਾਨੂੰ ਬਰਕਤ ਕਿੰਝ ਮਿਲੇ। ਪਾਪੀ ਵੀ ਇੰਝ ਹੀ ਕਰਦੇ ਨੇ। ਉਹਨੂੰ ਹੱਥ ਲਾਇਆ ਸੋ, ਉਹਦੇ ਨਾਲ ਗੱਲ ਕੀਤੀ ਸੋ। ਸ਼ਰਮ ਦਾ ਘਾਟਾ। ਨਹੀਂ, ਦੁਸ਼ਮਣਾਂ ਨਾਲ ਪਿਆਰ ਕਰੋ ਤੇ ਉਹਨਾਂ ਦਾ ਭਲਾ ਚਾਹੋ। ਜੇ ਦੇ ਕੇ ਵਾਪਸ ਨਾ ਮੰਗੋ ਤੇ ਤੁਹਾਡਾ ਅਜਰ ਵੱਡਾ ਹੋਵੇਗਾ ਤੇ ਤੁਸੀਂ ਖੁਦਾ ਤਾਲਾ ਦੇ ਪੁੱਤਰ ਰਖਾਓਗੇ, ਕਿਉਂ ਜੋ ਉਹ ਨਾ ਸ਼ੁਕਰਿਆਂ ਤੇ ਬਦਾਂ 'ਤੇ ਵੀ ਮਿਹਰਬਾਨ ਏ। ਰਹਿਮ ਕਰਿਆ ਕਰੋ ਜਿਸ ਤਰ੍ਹਾਂ ਤੁਹਾਡਾ ਬਾਪ ਰਹਿਮ ਕਰਨ ਵਾਲਾ ਏ। ਸਾਨੂੰ ਬਚਾ ਯਸੂ। ਤੁਸੀਂ ਐਪ ਕੱਢੋਗੇ, ਤੁਹਾਡੇ ਵੀ ਐਪ ਨਿਕਲਣਗੇ। ਇਲਜ਼ਾਮ ਲਾਓਗੇ, ਇਲਜ਼ਾਮ ਦਿੱਤਾ ਜਾਏਗਾ। ਮਾਫ ਕਰੋ ਤੇ ਮਾਫ ਕੀਤਾ ਜਾਏਗਾ। ਸਾਨੂੰ ਵੀ ਆਪਣੇ ਨਾਲ ਲੈ ਚੱਲ ਖੁਦਾਵੰਦ। ਦਿਓ ਤੇ ਤੁਹਾਨੂੰ ਵੀ ਦਿੱਤਾ ਜਾਏਗਾ, ਜਿਸ ਪੈਮਾਨੇ ਨਾਲ ਨਾਪੋਗੇ ਤੁਹਾਡੇ ਲਈ ਵੀ ਨਾਪਿਆ ਜਾਏਗਾ। ਅੰਨਾ ਅੰਨੇ ਨੂੰ ਰਾਹ ਨਹੀਂ ਵਿਖਾ ਸਕਦਾ। ਜੇ ਇੰਜ ਕੀਤਾ ਤੇ ਦੋਵੇਂ ਖਾਈ ਵਿੱਚ ਡਿੱਗਣਗੇ। ਤੈਨੂੰ ਭਰਾ ਦੀ ਅੱਖ ਦਾ ਕੱਖ ਤੇ ਨਜ਼ਰ ਆਉਂਦਾ ਹੈ, ਪਰ ਆਪਣੀ ਅੱਖ ਦਾ ਸ਼ਤੀਰ ਨਜ਼ਰ ਨਹੀਂ ਆਉਂਦਾ। ਗੱਲਾਂ ਸਿਖਾ ਮਾਲਕ, ਸਾਨੂੰ ਤੇਰੇ ਹੋਰ ਲੋੜ ਹੈ ਮਾਲਕ। ਮੁਬਾਰਕ ਹੈ ਉਹ ਮਾਂ ਜਿਨੇ ਤੈਨੂੰ ਜੰਮਿਆ ਤੇ ਦੁੱਧ ਪਿਲਾਇਆ। ਜ਼ਿਆਦਾ ਮੁਬਾਰਕ ਨੇ ਉਹ ਜਿਹੜੇ ਕਲਾਮ ਸੁਣਦੇ ਨੇ ਤੇ ਅਮਲ ਕਰਦੇ ਨੇ। ਇਸ ਆਦਮੀ ਨੂੰ ਜਾਣਨਾ ਚਾਹੀਦਾ ਹੈ। ਤੁਹਾਡਾ ਕੀ ਖਿਆਲ ਹੈ ਐ ਮਸੀਹ? ਇਸ ਫਰੀਸੀ ਯਸੂ ਨੂੰ ਖਾਣੇ ਤੇ ਬੁਲਾਇਆ ਤੇ ਯਸੂ ਉਹਦੇ ਘਰ ਗਿਆ ਤੇ ਖਾਣ ਲਈ ਬੈਠਾ। ਬੱਚਿਓ ਜਾਓ ਇਧਰੋਂ, ਸੁਣਿਆ ਜਾਓ, ਇਹ ਸ਼ਰਾਰਤਾਂ ਕਰਦੇ ਰਹਿੰਦੇ ਨੇ। ਇੱਥੇ ਕਿਉਂ ਆਈ ਹੈ? ਪਤਾ ਨਹੀਂ, ਪਤਾ ਨਹੀਂ।
ਕਰ ਦਈਏ। ਅਗਰ ਇਹ ਆਦਮੀ ਸਹੀ ਨਾ ਵੀ ਹੁੰਦਾ ਤੇ ਜਾਣ ਜਾਂਦਾ ਕਿ ਔਰਤ ਕੈਸੀ ਹੈ ਤੇ ਕੈਸੇ ਪਾਪਾ ਨਾਲ ਭਰੀ ਜ਼ਿੰਦਗੀ ਗੁਜ਼ਾਰਨ ਡਈ ਹੈ। ਮੈਂ ਇਸ ਔਰਤ ਨੂੰ ਜਾਣਨਾ ਸ਼ਮੂਨ, ਮੇਰੀ ਗੱਲ ਸੁਣ, ਮੈਂ ਤੈਨੂੰ ਕੁਝ ਦੱਸਣਾ। ਇੱਕ ਸਾਹੂਕਾਰ ਦੇ ਦੋ ਕਰਜ਼ਦਾਰ ਸਨ, ਇੱਕ 500 ਸਿੱਕੇ ਦਾ ਤੇ ਦੂਜਾ 50 ਦਾ। ਦੋਵਾਂ ਚੋਂ ਕੋਈ ਵੀ ਕਰਜ਼ ਨਾ ਦੇ ਸਕਿਆ ਤੇ ਉਹਨੇ ਦੋਵਾਂ ਨੂੰ ਮਾਫ਼ ਕਰ ਦਿੱਤਾ। ਦੋਵਾਂ ਚੋਂ ਕੌਣ ਜ਼ਿਆਦਾ ਪਿਆਰ ਕਰੇਗਾ? ਮੇਰੇ ਖਿਆਲ ਵਿੱਚ ਉਹ ਜਿਹਦੇ ਜ਼ਿਆਦਾ ਗੁਨਾਹ ਮਾਫ਼ ਹੋਏ ਨੇ। ਤੂੰ ਠੀਕ ਆਖਿਆ। ਇਸ ਔਰਤ ਨੂੰ ਵੇਖ, ਮੈਂ ਤੁਹਾਡੇ ਘਰ ਆਇਆ, ਤੁਸਾਂ ਮੇਰੇ ਪੈਰ ਧੋਣ ਲਈ ਪਾਣੀ ਨਹੀਂ ਦਿੱਤਾ, ਪਰ ਇਹਨੇ ਮੇਰੇ ਪੈਰ ਅਥਰੂਆਂ ਨਾਲ ਧੋਤੇ ਤੇ ਵਾਲਾਂ ਨਾਲ ਪੂੰਝੇ। ਤੂੰ ਚੁੰਮ ਕੇ ਮੇਰਾ ਸਵਾਗਤ ਨਾ ਕੀਤਾ, ਪਰ ਜਦੋਂ ਤੋਂ ਮੈਂ ਆਇਆ ਵਾਂ ਉਹਨੇ ਮੇਰੇ ਪੈਰਾਂ ਨੂੰ ਚੁੰਮਣਾ ਨਾ ਛੱਡਿਆ। ਤੂੰ ਮੇਰੇ ਸਿਰ 'ਤੇ ਤੇਲ ਨਾ ਪਾਇਆ, ਪਰ ਉਹਨੇ ਮੇਰੇ ਪੈਰਾਂ ਨੂੰ ਅਤਰ ਨਾਲ ਮਸਾ ਕੀਤਾ। ਮੈਂ ਤੈਨੂੰ ਦੱਸਣਾ, ਜਿਸ ਗਹਿਰੀ ਮੁਹੱਬਤ ਦਾ ਉਹਨੇ ਇਜ਼ਹਾਰ ਕੀਤਾ ਇਹ ਸਾਬਿਤ ਹੁੰਦਾ ਹੈ ਕਿ ਉਹਦੇ ਬਹੁਤ ਗੁਨਾਹ ਮਾਫ਼ ਹੋਏ, ਲੇਕਿਨ ਜਿਹਦੇ ਥੋੜ੍ਹੇ ਗੁਨਾਹ ਮਾਫ਼ ਹੋਏ ਉਹ ਥੋੜ੍ਹਾ ਪਿਆਰ ਵਿਖਾਉਂਦਾ ਹੈ। ਤੇਰੇ ਸਾਰੇ ਗੁਨਾਹ ਮਾਫ਼ ਹੋਏ, ਤੇਰੇ ਇਮਾਨ ਤੈਨੂੰ ਬਚਾ ਲਿਆ ਹੈ, ਸਲਾਮਤੀ ਨਾਲ ਜਾ। ਤੇ ਯਸੂ ਥਾਂ ਥਾਂ ਜਾ ਕੇ ਖੁਦਾ ਦੀ ਬਾਦਸ਼ਾਹੀ ਦੀ ਮਨਾਦੀ ਕਰਦਾ ਰਿਹਾ ਤੇ 12 ਸ਼ਾਗਿਰਦ ਵੀ ਉਹਦੇ ਨਾਲ ਸਨ ਤੇ ਕੁਝ ਬਦਰੂਹਾਂ ਤੋਂ ਆਜ਼ਾਦ ਔਰਤਾਂ ਵੀ। ਮਰੀਅਮ ਮਗਦਲੀਨੀ, ਯੂਆਨਾ ਹੈਰੋਦੇਸ ਦੇ ਦੀਵਾਨ ਖੋਜ਼ਾ ਦੀ ਬੀਵੀ ਤੇ ਸੁਸੰਨਾ, ਪਰ ਰੋਮੀ ਸਰਕਾਰ ਵੱਲੋਂ ਗਲੀਲ ਦੇ ਹੁਕਮਰਾਨ ਹੈਰੋਦੇਸ ਨੇ ਯੋਹੰਨਾ ਬਪਤਿਸਮਾ ਦੇਣ ਵਾਲੇ ਨੂੰ ਭਾਬੀ ਨਾਲ ਵਿਆਹ ਦੇ ਨਿੰਦਨ ਤੋਂ ਕੈਦ ਕੀਤਾ ਸੀ। ਹਾਂ, ਜਦੋਂ ਨਾਇਨ ਦੇ ਫਾਟਕ ਤੇ ਆਏ ਤੇ ਇੱਕ ਜਨਾਜ਼ਾ ਬਾਹਰ ਆ ਰਿਹਾ ਸੀ। ਇਹ ਮਈਅਤ ਬੇਵਾ ਦੇ ਕੱਲ ਮਕੱਲੇ ਪੁੱਤਰ ਦੀ ਸੀ। ਜਦੋਂ ਯਸੂ ਉਹਨੂੰ ਵੇਖਿਆ ਤੇ ਉਹਦੇ ਤੇ ਤਰਸ ਆਇਆ। ਉਹਨੇ ਕਫਨ ਨੂੰ ਛੂਹ ਕੇ ਕਿਹਾ, ਜਵਾਨਾ ਮੇਰਾ ਹੁਕਮ ਹੈ, ਉੱਠ। ਤੇ ਮੁਰਦਾ ਉੱਠ ਕੇ ਪੈ ਗਿਆ। ਉਹਨੂੰ ਪੁੱਛੋ ਕਿ ਕੀ ਤੂੰ ਹੀ ਇਹ ਯੋਹੰਨਾ ਕਿਹਾ ਆਉਣ ਵਾਲਾ ਹੈ ਜਾਂ ਹੋਰ ਕਿਸੇ ਦਾ ਇੰਤਜ਼ਾਰ ਕਰੀਏ। ਮਾਲਕ, ਯੋਹੰਨਾ ਨੇ ਸਾਨੂੰ ਪੁੱਛਣ ਲਈ ਕੱਲਿਆ ਹੈ ਕਿ ਤੂੰ ਉਹ ਹੀ ਜਿਹੜਾ ਆਉਣ ਵਾਲਾ ਸੀ ਜਾਂ ਅਸੀਂ ਕਿਸੇ ਹੋਰ ਦੀ ਰਾਹ ਵੇਖੀਏ। ਜਾਓ, ਯੋਹੰਨਾ ਨੂੰ ਜੋ ਵੇਖਿਆ ਤੇ ਸੁਣਿਆ ਦੱਸੋ। ਅੰਨੇ ਵੇਖਦੇ ਨੇ, ਲੰਗੜੇ ਚੱਲਦੇ ਨੇ, ਮੁਬਾਰਕ ਨੇ ਉਹ ਜਿਹੜੇ ਮੇਰੇ ਤੇ ਸ਼ੱਕ ਨਹੀਂ ਕਰਦੇ। ਮੇਰੇ ਮੋਢਿਆਂ ਚੜ ਜਾ, ਨਜ਼ਰ ਆ ਗਏ ਯਸੂ, ਨਜ਼ਰ ਆਉਂਦਾ। ਬੀ ਬੀਜਣ ਵਾਲਾ ਬੀ ਬੀਜਣ ਨਿਕਲਿਆ ਤੇ ਜਦੋਂ ਬੀ ਦਾ ਛੱਟਾ ਦਿੱਤਾ, ਕੁਝ ਬੀ ਰਾਹ ਦੇ ਕੰਡੇ ਜਾ ਪਿਆ ਤੇ ਹਵਾ ਦੇ ਪਰਿੰਦਿਆਂ ਨੇ ਚੁਗ ਲਿਆ ਤੇ ਕੁਝ ਪੱਥਰਾਂ ਵਿੱਚ ਚਾ ਡਿੱਗਾ
ਤੇ ਜਦੋਂ ਵੀ ਉੱਗਿਆ ਵੱਤਰ ਨਾ ਮਿਲਣ ਮਾਰਿਆਂ ਸੁੱਕ ਗਿਆ। ਕੁਝ ਕੰਡਿਆਂ ਵਿੱਚ ਚਾ ਪਿਆ, ਕੰਡਿਆਂ ਵਿੱਚ ਵੀ ਉੱਗਿਆ ਪਰ ਨਾ ਵਧਿਆ। ਕੁਝ ਚੰਗੀ ਜ਼ਮੀਨ ਤੇ ਡਿੱਗਾ ਤੇ ਉੱਗਿਆ ਤੇ ਵਧਿਆ ਤੇ 100 ਗੁਣਾ ਫਲ ਲਿਆਇਆ। ਮਾਲਕ, ਜਦੋਂ ਵੀ ਲੋਕ ਇਕੱਠੇ ਹੁੰਦੇ ਨੇ ਤੁਸੀਂ ਇੰਝ ਤਮਸੀਲਾਂ ਵਿੱਚ ਕਿਉਂ ਬੋਲਦੇ ਹੋ? ਤੁਹਾਨੂੰ ਤੇ ਖੁਦਾ ਦੀ ਬਾਦਸ਼ਾਹੀ ਦੇ ਪੇਤਾਂ ਦੇ ਇਲਮ ਦਿੱਤਾ ਗਿਆ ਹੈ, ਪਰ ਦੂਜਿਆਂ ਨੂੰ ਇੰਝ ਦੱਸਿਆ ਜਾਂਦਾ ਹੈ ਤਾਂ ਜੋ ਵੇਖਦੇ ਹੋਏ ਨਾ ਵੇਖਣ ਤੇ ਸੁਣਦੇ ਹੋਏ ਨਾ ਸਮਝਣ। ਇਸ ਤਮਸੀਲ ਦਾ ਮਤਲਬ ਇਹ ਵੇ ਇਹ ਵੀ ਖੁਦਾ ਦਾ ਕਲਾਮ ਹੈ। ਰਾਹ ਵਿੱਚ ਡਿੱਗਣ ਵਾਲੇ ਵੀ ਉਹ ਲੋਕ ਨੇ ਜਿਹੜੇ ਸੁਣਦੇ ਨੇ, ਪਰ ਇਬਲੀਸ ਆ ਕੇ ਪੈਗਾਮ ਉਹਨਾਂ ਦੇ ਦਿਲਾਂ ਵਿੱਚੋਂ ਲੈ ਜਾਂਦਾ ਹੈ ਤੇ ਉਹ ਨਾ ਇਮਾਨ ਲਿਆਉਂਦੇ ਨੇ ਤੇ ਨਾ ਬਚ ਸਕਦੇ ਨੇ। ਵੀ ਜਿਹੜਾ ਪਥਰੀਲੀ ਥਾਂ ਡਿੱਗਿਆ ਉਹ ਲੋਕ ਨੇ ਜਿਹੜੇ ਕਲਾਮ ਖੁਸ਼ੀ ਨਾਲ ਕਬੂਲ ਕਰਦੇ ਨੇ ਪਰ ਜੜ ਨਹੀਂ ਰੱਖਦੇ, ਉਹ ਘੱਟ ਵੇਲੇ ਲਈ ਮੰਨਦੇ ਨੇ ਤੇ ਜਦ ਅਜ਼ਮਾਇਸ਼ ਆਉਂਦੀ ਹੈ ਡਿੱਗ ਪੈਂਦੇ ਨੇ। ਕੰਡਿਆਂ ਵਿੱਚ ਡਿੱਗਣ ਵਾਲੇ ਵੀ ਤੋਂ ਇਹ ਲੋਕ ਮੁਰਾਦ ਨੇ ਜਿਹੜੇ ਸੁਣਦੇ ਨੇ, ਪਰ ਜ਼ਿੰਦਗੀ ਦੀਆਂ ਫਿਕਰਾਂ, ਮਾਲ, ਦੌਲਤ ਤੇ ਖੁਸ਼ੀਆਂ ਵਿੱਚ ਇਹੋ ਜਿਹੇ ਗੁੰਮ ਹੋ ਜਾਂਦੇ ਨੇ ਕਿ ਉਹਨਾਂ ਦਾ ਫਲ ਨਹੀਂ ਪੱਕਦਾ। ਚੰਗੀ ਜ਼ਮੀਨ ਵਿੱਚ ਡਿੱਗਣ ਵਾਲਾ ਵੀ ਐਸੇ ਲੋਕ ਨੇ ਜਿਹੜੇ ਕਲਾਮ ਨੂੰ ਸੁਣ ਕੇ ਦਿਲ ਵਿੱਚ ਰੱਖਦੇ ਤੇ ਅਮਲ ਵੀ ਕਰਦੇ ਨੇ ਤੇ ਭਰਪੂਰ ਫਲ ਲਿਆਉਂਦੇ ਨੇ। ਕੋਈ ਵੀ ਦੀਵਾ ਬਾਲ ਕੇ ਉਹਨੂੰ ਟੱਕਦਾ ਨਹੀਂ, ਨਾ ਮੰਜੀ ਦੇ ਹੇਠਾਂ ਰੱਖਦਾ ਹੈ, ਸਗੋਂ ਉੱਚੇ ਥਾਂ ਰੱਖਦਾ ਹੈ ਤਾਂ ਜੋ ਆਉਣ ਵਾਲੇ ਲੋਕ ਰੋਸ਼ਨੀ ਵਿੱਚ ਆ ਸਕਣ। ਜੋ ਕੁਝ ਵੀ ਲੁਕਿਆ ਹੈ ਜ਼ਾਹਰ ਕੀਤਾ ਜਾਏਗਾ ਤੇ ਜੋ ਕੁਝ ਵੀ ਟਕਿਆ ਹੈ ਉਹਨੂੰ ਚਾਨਣ ਵਿੱਚ ਲਿਆਂਦਾ ਜਾਏਗਾ। ਇਸ ਲਈ ਖਿਆਲ ਕਰੋ ਕਿ ਕਿਸ ਤਰ੍ਹਾਂ ਸੁਣਦੇ ਹੋ, ਕਿਉਂਕਿ ਜਿਹਦੇ ਕੋਲ ਹੈ ਉਹਨੂੰ ਦਿੱਤਾ ਜਾਏਗਾ, ਪਰ ਜਿਹਦੇ ਕੋਲ ਕੁਝ ਨਹੀਂ ਉਹਦੇ ਕੋਲੋਂ ਉਹ ਵੀ ਜਿਹੜਾ ਥੋੜ੍ਹਾ ਬਹੁਤ ਲੈ ਲਿਆ ਜਾਏਗਾ। ਉਸਤਾਦ, ਤੁਹਾਡੀ ਮਾਂ ਤੁਹਾਡਾ ਭਰਾ ਬਾਹਰ ਖਲੋਤੇ ਨੇ, ਤੁਹਾਨੂੰ ਮਿਲਣਾ ਚਾਹੁੰਦੇ ਨੇ। ਮੇਰੀ ਮਾਂ ਤੇ ਮੇਰਾ ਭਰਾ ਉਹ ਨੇ ਜਿਹੜੇ ਕਲਾਮ ਸੁਣਦੇ ਨੇ ਤੇ ਉਹਦੇ ਤੇ ਅਮਲ ਕਰਦੇ ਨੇ। ਇੱਕ ਦਿਨ ਯਸੂ ਕਸ਼ਤੀ ਵਿੱਚ ਬਹਿ ਕੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਆਓ ਝੀਲ ਦੇ ਦੂਜੇ ਪਾਸੇ ਚੱਲੀਏ। ਪਰ ਜਦੋਂ ਉਹ ਜਾ ਰਹੇ ਸਨ ਯਸੂ ਸੌਂ ਗਿਆ। ਤੁਹਾਡਾ ਇਮਾਨ ਕਿੱਥੇ ਵੇ? ਫਿਰ ਉਹ ਗ੍ਰਾਸੀਨੀਆ ਜਾ ਪਹੁੰਚੇ ਜਿਹੜਾ ਝੀਲ ਦੇ ਸਾਹਮਣੇ ਗਲੀਲ ਵਿੱਚ ਸੀ।
دے بیٹے تینے میرے نال کی میں تینے کہہ رہا میں نے سزا نہ دی کی نا ہے تیرا لشکر سانو سانو عذاب چنا پا سانو جانتے سورج سورج جانتے اے مٹ پاؤ کھلو جاؤ کھلو جاؤ تے بدروہاں بندے چو نکل کے مڑاؤ سورہ جاوڑیاں جا ایتھو جا او جادوگرا سانو چھڈ ایتھو چلا جا جان چھڈ جا ایتھو چلا جا تسی جتھے جاؤ گے میں جاواں گا مینو نال آن دیو کار چلا جا تے دس چ خدا نے تیرے لئی کیتا ہے یسو تے اودے شاگرد پھر بیت سیدہ وال چلے گئے جد لوکاں نوں پتا لگا اودے پچھے آئے ਢਲੀ ਦੁਪਹਿਰਾ ਪਤਰਸ ਆਖਿਆ ਮਾਲਿਕ ਲੋਕਾਂ ਨੂੰ ਕਲਾ ਦੇ ਤਾਂ ਜੋ ਲੋਕ ਨੇੜੇ ਨੇੜੇ ਪਿੰਡਾਂ ਤੇ ਸ਼ਹਿਰਾਂ ਜਾ ਕੇ ਖਾਣ ਪੀਣ ਦਾ ਤੇ ਰਹਿਣ ਦਾ ਬੰਦੋਬਸਤ ਕਰ ਸਕਣ ਇਹ ਜਾੜ ਜਗ੍ਹਾ ਹੈ ਤੁਸੀਂ ਆਪੇ ਹੀ ਉਹਨਾਂ ਦੇ ਖਾਣ ਦਾ ਬੰਦੋਬਸਤ ਕਰੋ ਸਾਡੇ ਕੋਲ ਤੇ 5 ਰੋਟੀਆਂ 2 ਮੱਛੀਆਂ ਨੇ ਮੁਬਾਰਕ ਤੂੰ ਖੁਦਾਵੰਦ ਖੁਦਾ ਦੁਨੀਆ ਦੇ ਬਾਦਸ਼ਾਹ ਜਿਸ ਧਰਤੀ ਤੋਂ ਅੰਨ ਪੈਦਾ ਕੀਤਾ ਹੈ ਲੋਕ ਮੇਰੇ ਵੱਲੋਂ ਕੀ ਆਖਦੇ ਨੇ ਕਈ ਕਹਿੰਦੇ ਨੇ ਯਹੂਨਾ ਬਪਤਿਸਮਾ ਦੇਣ ਵਾਲਾ ਤੇ ਕਈ ਕਹਿੰਦੇ ਨੇ ਏਲੀਆ ਤੇ ਕੁਝ ਕਹਿੰਦੇ ਨੇ ਪਿਛਲੇ ਵੇਲਿਆਂ ਦਾ ਕੋਈ ਨਬੀ ਜਿਹੜਾ ਜਿਉਂ ਪਿਆ ਹੈ ਪਰ ਤੁਸੀਂ ਕੀ ਆਖਦੇ ਹੋ ਤੁਹਾਡੀ ਨਜ਼ਰ ਵਿੱਚ ਮੈਂ ਕੌਣ ਹਾਂ ਤੂੰ ਖੁਦਾ ਦਾ ਮਸੀਹ ਹੈ
ਇਹ ਗੱਲ ਕਿਸੇ ਨੂੰ ਨਾ ਦੱਸਿਓ। ਜ਼ਰੂਰ ਹੈ ਕਿ ਇਬਨ ਆਦਮ ਦੁੱਖ ਉਠਾ ਇਤਰਾਦ ਕੀਤਾ ਜਾਏ ਅਤੇ ਮੌਤ ਦੇ ਹਵਾਲੇ ਕੀਤਾ ਜਾਏ। ਫਿਰ ਤਿੰਨ ਦਿਨ ਪਿੱਛੋਂ ਜੀ ਉੱਠੇ। ਤੁਹਾਡੇ ਵਿੱਚੋਂ ਕੌਣ ਨਾਲ ਆਏਗਾ? ਮੈਂ ਤੇਰੇ ਨਾਲ ਜਾਵਾਂਗਾ ਮਾਲਿਕ। ਪਹਿਲਾਂ ਮੈਂ ਜਾ ਕੇ ਘਰ ਵਾਲੇ ਨੂੰ ਮਿਲਾਂਗਾ। ਜ਼ਰਾ ਜਿਹੜਾ ਹਲ ਤੇ ਹੱਥ ਰੱਖ ਕੇ ਪਿੱਛੇ ਵੇਖਦਾ ਹੈ ਉਹ ਖੁਦਾ ਦੀ ਬਾਦਸ਼ਾਹੀ ਦੇ ਲਾਇਕ ਨਹੀਂ। ਜਿਹੜਾ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ ਉਹ ਸਭ ਕੁਛ ਛੱਡੇ, ਆਪਣੀ ਸਲੀਬ ਚੁੱਕੇ ਤੇ ਮੇਰੇ ਪਿੱਛੇ ਆਵੇ। ਜਿਹੜਾ ਆਪਣੀ ਜਾਨ ਬਚਾਏਗਾ ਉਹਨੂੰ ਗਵਾਏਗਾ, ਪਰ ਜਿਹੜਾ ਮੇਰੇ ਲਈ ਜਾਨ ਦੇਗਾ ਉਹ ਉਹਨੂੰ ਬਚਾਏਗਾ। ਬੰਦੇ ਨੂੰ ਕੀ ਫਾਇਦਾ ਹੋਇਆ ਜੇ ਉਹ ਸਾਰੀ ਦੁਨੀਆ ਹਾਸਿਲ ਕਰ ਲਏ ਤੇ ਆਪਣੀ ਜਾਨ ਗਵਾ ਬੈਠੇ? ਜੇ ਕੋਈ ਮੈਥੋਂ ਤੇ ਮੇਰੀ ਤਲੀਮ ਤੋਂ ਸ਼ਰਮਾਏਗਾ। ਇਬਨ ਆਦਮ ਵੀ ਆਪਣੇ ਜਲਾਲ ਵਿੱਚ, ਆਪਣੇ ਬਾਪ ਦੇ ਜਲਾਲ ਵਿੱਚ ਤੇ ਫਰਿਸ਼ਤਿਆਂ ਦੇ ਜਲਾਲ ਵਿੱਚ ਉਸ ਤੋਂ ਸ਼ਰਮਾਏਗਾ। ਯਕੀਨ ਕਰੋ, ਇੱਥੇ ਕੁਝ ਅਜਿਹੇ ਵੀ ਨੇ ਜਿਹੜੇ ਖੁਦਾ ਦੀ ਬਾਦਸ਼ਾਹੀ ਵੇਖਣ ਤੱਕ ਕਦੀ ਨਾ ਮਰਨਗੇ। ਤਦ ਯਸੂ ਯੂਹੰਨਾ, ਯਾਕੂਬ ਤੇ ਪਤਰਸ ਨੂੰ ਲਿਆ ਤੇ ਦੁਆ ਕਰਨ ਪਹਾੜ ਤੇ ਗਿਆ। ਜਦੋਂ ਉਹ ਦੁਆ ਕਰ ਰਿਹਾ ਸੀ ਉਹਦੇ ਚਿਹਰੇ ਦਾ ਰੰਗ ਬਦਲ ਗਿਆ ਤੇ ਉਹਦੇ ਕੱਪੜੇ ਚਿੱਟੇ ਦੁੱਧ ਹੋ ਗਏ। ਅਚਾਨਕ ਦੋ ਬੰਦੇ ਉਹਦੇ ਨਾਲ ਗੱਲਾਂ ਕਰਨ ਲੱਗੇ। ਇਹ ਮੂਸਾ ਤੇ ਏਲੀਆ ਸਨ ਜਿਹੜੇ ਅਸਮਾਨੀ ਜਲਾਲ ਵਿੱਚ ਜ਼ਾਹਿਰ ਹੋਏ। ਤੂੰ ਖੁਦਾ ਦਾ ਕੰਮ ਪੂਰਾ ਕਰੇਗਾ, ਤੂੰ ਯਰੂਸ਼ਲਮ ਚ ਮਰੇਗਾ। ਜਦੋਂ ਉਹ ਜਾ ਰਹੇ ਸਨ ਪਤਰਸ ਨੇ ਯਸੂ ਨੂੰ ਕਿਹਾ, ਮਾਲਿਕ ਇਹ ਤੇ ਕਿੰਨਾ ਚੰਗਾ ਹੈ, ਅਸੀਂ ਇੱਥੇ ਤਿੰਨ ਡੇਰੇ ਬਣਾਈਏ, ਇੱਕ ਤੁਹਾਡੇ ਲਈ। ਜਿਸ ਵੇਲੇ ਪਤਰਸ ਕਿਹਾ, ਇੱਕ ਬਦਲੀ ਨੇ ਉਹਨਾਂ ਨੂੰ ਲੁਕਾ ਲਿਆ। ਸ਼ਾਗਿਰਦ ਡਰ ਗਏ ਤੇ ਬਦਲੀ ਚੋਂ ਆਵਾਜ਼ ਆਈ, ਇਹ ਮੇਰਾ ਚੁਣਿਆ ਹੋਇਆ ਪੁੱਤਰ ਏ, ਇਹਦੀ ਸੁਣੋ। ਉਸਤਾਦ, ਮੇਰੇ ਪੁੱਤਰ ਤੇ ਤਰਸ ਖਾ, ਰੱਬ ਲਈ ਬਚਾ ਲੈ। ਇਹ ਮੇਰਾ ਇਕੱਲਾ ਹੀ ਪੁੱਤਰ ਹੈ, ਮੈਂ ਤੇਰੇ ਸ਼ਾਗਿਰਦਾਂ ਨੂੰ ਵੀ ਆਖਿਆ ਪਰ ਉਹ ਵੀ ਕੁਛ ਨਹੀਂ ਕਰ ਸਕੇ। ਓ ਬੇਦਕਾ ਤੇ ਟੇੜੇ ਲੋਕੋ, ਮੈਂ ਕਿੰਨੀ ਦੇਰ ਤੁਹਾਡੇ ਨਾਲ ਰਵਾਂਗਾ ਤੇ ਬਰਦਾਸ਼ਤ ਕਰਾਂਗਾ? ਬੱਚੇ ਨੂੰ ਇੱਧਰ ਲਿਓ। Oh.
ਸਾਨੂੰ ਦੁਆ ਕਰਨਾ ਸਿਖਾ ਜਿਸ ਤਰ੍ਹਾਂ ਯੋਹੰਨਾ ਆਪਣੇ ਸ਼ਾਗਿਰਦਾਂ ਨੂੰ ਸਿਖਾਈ। ਜਦੋਂ ਦੁਆ ਕਰੋ ਕਹੋ, ਐ ਸਾਡੇ ਬਾਪ ਜਿਹੜਾ ਤੂੰ ਆਸਮਾਨ ਤੇ ਹੈ, ਤੇਰਾ ਨਾਂ ਪਾਕ ਮੰਨਿਆ ਜਾਏ, ਤੇਰੀ ਬਾਦਸ਼ਾਹੀ ਆਏ, ਤੇਰੀ ਮਰਜ਼ੀ ਜਿਹੜੀ ਆਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਤੇ ਵੀ ਹੋਵੇ, ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਗੁਨਾਹ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਨੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਿਆਈ ਤੋਂ ਬਚਾ। जे मंगोगे तो पाओगे, लभोगे तो तुहानू मिलेगा, खड़काओगे तो खोलिया जाएगा, जेड़ा मंगदा है वो पाउंदा है, जेड़ा लभदा है उन्हूं मिलदा है, खड़कान वालियां लई दरवाजा खोलिया जाएगा। तुहाडे विच कोई ऐसा पिओ है जिहदा पुत्तर जे मच्छी मंगे तो सप देवे, या फिर आंडे दे बदले ठूआ देवे। तुसी पैड़े हो के जद अपने बच्चियां नू चंगियां चीज़ां देना जानते हो, तुहाडा आसमानी बाप अपने मंगण वालियां नू पाक रूह क्यों नहीं देवेगा? मैं दसा, ये ना ख्याल करो कि की खाओगे, ना अपने बदन दा कि की पाओगे, क्यों जो जिंदगी खान नालों ते बदन पान नालों वध के कावां नूं ते वेखो, ओ ना बीजदे ने ते ना वढदे ने, ना उन्हां दा गोदाम है ना खत्ता है, फिर भी उन्हां नूं रब रजांदा है। तुहाडी कदर ते चिड़ियां तों वध दे, तुसी फिक्र करके अपनी जिंदगी दा एक दिन भी नहीं वधा सकते। जद ये छोटा जिहा काम नहीं कर सकते तो बाकी चीज़ों की फिक्र क्यों करते हो? जंगली फुलां नूं वेखो किंज वधदे ने, ना तो मेहनत करते ने ना ही कटदे ने, तां वी सुलेमान अपनी शान शौकत विच इन्हां चों एक वर्गा भी नहीं सी। जे रब घां नूं ऐसी सोहनी पोशाक दिंदा है जिन्हें तंदूर विच जाना है, तो तुहानूं क्यों नहीं पहनाएगा? ਘੱਟ ਇਮਾਨ ਵਾਲਿਓ, ਸਾਡਾ ਇਮਾਨ ਵਧਾ ਦੇ। ਜੇ ਤੁਹਾਡਾ ਇਮਾਨ ਸਰੋਂ ਦੇ ਦਾਣੇ ਦੇ ਬਰਾਬਰ ਵੀ ਹੋਵੇ ਤੇ ਤੂਤ ਨੂੰ ਆਖੋ ਜੜੋਂ ਉਖੜ ਕੇ ਸਮੁੰਦਰ ਵਿੱਚ ਜਾ ਲੱਗ ਤੇ ਉਹ ਤੁਹਾਡੀ ਗੱਲ ਮੰਨੇਗਾ। ਅਜ਼ਮਾਇਸ਼ਾਂ ਦਾ ਆਉਣਾ ਤਾਂ ਜ਼ਰੂਰ ਹੈ, ਪਰ ਅਫਸੋਸ ਜਿਹਦੇ ਵਸੀਲੇ ਆਉਣ। ਇਹਦੇ ਲਈ ਬਿਹਤਰ ਹੁੰਦਾ ਕਿ ਚੱਕੀ ਦਾ ਪੁੜ ਉਹਦੇ ਗਲ ਵਿੱਚ ਪਾ ਕੇ ਉਹਨੂੰ ਸਮੁੰਦਰ ਵਿੱਚ ਸਿੱਟਿਆ ਜਾਵੇ, ਬਜਾਏ ਇਸ ਦੇ ਕਿ ਉਹ ਨਿੱਕਿਆਂ ਕੋਲੋਂ ਗੁਨਾਹ ਕਰਾਉਂਦਾ ਫਿਰੇ। ਖੁਦਾ ਦੀ ਬਾਦਸ਼ਾਹੀ ਕਿੰਝ ਦੀ ਹੈ? ਉਹ ਇਸ ਤਰ੍ਹਾਂ ਦੀ ਹੈ,
एक आदमी छोटा जिहा बी पैली विच बीजदा है, बी ओके रुख बन जांदा है, ते फिर परिंदे उहदे ते आलणा बणाउंदे ने। समझ नहीं आती है की कह रहा है। तुसी मसूल लैण वालियां ते छूतां नाल क्यों खांदे पींदे हो? तंदुरुस्तां नूं हकीम दी जरूरत नहीं, पर बीमारां नूं जरूर है। मैं रास्तबाज लोकां नूं बुलाउण ते तौबा कराउण नहीं आया, पर डिग्गियां नूं। बादशाह वालों सानूं दसो, इस तों सिवा कुछ होर है? छोटे गले ना डर, तुहाड़े बाप नूं पसंद आया कि तुहानूं बादशाही देवे। सब कुछ वेच के पैसा गरीबां नूं दे दिओ, अपने लई ना पाटण वाले बटवे लै लो, अपना खजाना आसमान ते जमा करो जिथे वह कदी नहीं कटता, जिथे चोर सन नहीं ला सकता ते कीड़ा खराब नहीं कर सकता, जिथे थोड़ा माल है उथे थोड़ा दिल भी लगा रहेगा। बीबी तू बीमारी तो छूट गई, कम करो उन्ना दिन विच किसे दिन भी शिफा पाओ, पर सबद दिन नहीं। ए रियाकारो, तुहाडे विचो केड़ा है जड़ा अपने टग्गे ते खोते नू किले तो खोल के सबद दे दिन पानी नहीं पिलाउंदा? पर ए भी इब्राहिम दी नसल चो है जिन्हूं शैतान ने 18 साल तो जकड़ रखिया सी, क्या इनू आजाद नहीं करना चाहिदा? मैं की करा ता अबदी जिंदगी पावा? तू मैनू नेक क्यों कहना है? खुदा दे सिवा कोई नेक नहीं, तू हुक्मां नूं ते जानदा है। तू जिना ना कर, तू कतल ना कर, ना ही किसे उत्ते झूठी तोहमत ला, अपनी मां ते प्यो दी इज्जत कर। पर जदों तू मैं जवान होया मैं सबना हुक्मां नूं मन्निए। हले एक काम करना बाकी रह गया है, अपना सारा माल वेच के गरीबां विच वंड दे, तेनू आसमान ते खजाना मिलेगा, फिर मेरे पीछे टुर पे। असी ते सौदागर हां, मालदार। अमीर दा खुदा दी बादशाह विच दाखिल होना किन्ना मुश्किल है, अमीर दा खुदा दी बादशाह विच दाखिल होना इन्ना ही मुश्किल है जिन्ना सुई दे नक्के चो ऊठदा। फिर कौन बच सकता है? जड़ा बंदे लई मुश्किल है वो खुदा लई मुश्किल नहीं। ठीक है, किथे होवेगी बादशाही? खुदा दी बादशाही इस तरह नहीं आएगी कि विखाई देवे, कोई नहीं आखेगा वेख एथे वे या उथे वे, क्यों जो खुदा दी बादशाही तुहाडे दरमियान है। ओ दिन आएगा जदों तुसी इब्ने आदम दे एक खास दिन नूं वेखण लई तरसोगे, पर वेख नहीं सकोगे। जिस तरह बिजली आसमान दे एक पासों दूजे पासे चमकदी है, उसी तरह इब्ने आदम दा भी आना होवेगा। पर जरूर है कि पहला वो दुख सवे तो लोगों को रद्द किया जाए। आसमान से जमीन का मिट जाना इस तो आसान है कि तौरात का एक शोशा भी पूरा होने तो किसी तरह टल जाए। मैं तानू दसना, नबी ते बादशाह भी इस दिन नू वेखण दे ख्वाहिशमंद सन पर वेख ना सके, ए सुनना चाहते सन पर ना सुन सके। असे की करिए? कलाम की कहंदा है,
ਕੀ ਮਤਲਬ ਹੈ ਇਹਦਾ? ਖੁਦਾਵੰਦ ਆਪਣੇ ਖੁਦਾ ਨੂੰ ਸਾਰੇ ਦਿਲ ਤੇ ਸਾਰੀ ਜਾਨ, ਸਾਰੀ ਤਾਕਤ, ਸਾਰੀ ਅਕਲ ਨਾਲ ਪਿਆਰ ਕਰ ਤੇ ਆਪਣੇ ਪੜੋਸੀ ਨੂੰ ਵੀ ਪਿਆਰ ਕਰ। ਬਿਲਕੁਲ ਠੀਕ ਹੈ, ਇਸੇ ਤਰ੍ਹਾਂ ਕਰੋ ਤੇ ਜਿਉਂਦੇ ਰਹੋ। ਮੇਰਾ ਪੜੋਸੀ ਕੌਣ ਹੈ? ਸਪਾਹੀ ਤੇ ਨਹੀਂ ਹੋ ਸਕਦੇ। ਕੈਸਰ ਦੇ ਬਾਰੇ ਕੀ ਖਿਆਲ ਹੈ? ਇੱਕ ਵਾਰੀ ਇੱਕ ਆਦਮੀ ਯਰੂਸ਼ਲਮ ਤੋਂ ਯਰੂ ਨੂੰ ਜਾ ਰਿਹਾ ਸੀ, ਉਹਨੂੰ ਚੋਰਾਂ ਆ ਕੇ ਰਿਹਾ, ਉਹਨੂੰ ਮਾਰਿਆ ਤੇ ਉਹਦੇ ਕੱਪੜੇ ਪਾੜ ਕੇ ਅਧਮੁਆ ਕਰਕੇ ਸੁੱਟ ਗਏ। ਇੱਕ ਮਜ਼ਹਬੀ ਰਹਿਨੁਮਾ ਉਧਰ ਆ ਨਿਕਲਿਆ, ਜਦ ਉਹਨੂੰ ਵੇਖਿਆ ਤੇ ਰਾਹ ਕਤਰਾ ਕੇ ਇੱਕ ਪਾਸੇ ਨਿਕਲ ਗਿਆ। ਇਸੇ ਤਰ੍ਹਾਂ ਇੱਕ ਲਾਵੀ ਵੀ ਉਧਰ ਆ ਨਿਕਲਿਆ, ਜ਼ਖਮੀ ਨੂੰ ਵੇਖ ਕੇ ਦੂਜੇ ਪਾਸੇ ਨਿਕਲ ਗਿਆ। ਪਰ ਇੱਕ ਸਾਮਰੀ ਜਿਹੜਾ ਉਸੇ ਸੜਕ ਤੇ ਜਾ ਰਿਹਾ ਸੀ, ਉਸ ਬੰਦੇ ਨੂੰ ਵੇਖਿਆ ਤੇ ਉਹਨੂੰ ਉਹਦੇ ਤੇ ਬੜਾ ਹੀ ਤਰਸ ਆਇਆ। ਉਹ ਉਸ ਆਦਮੀ ਕੋਲ ਗਿਆ, ਤੇਲ ਤੇ ਦਾਰੂ ਨਾਲ ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ ਤੇ ਆਪਣੇ ਜਾਨਵਰ ਤੇ ਲੱਦ ਕੇ ਸਰਾਂ ਵਿੱਚ ਲੈ ਗਿਆ ਜਿੱਥੇ ਉਹਦੀ ਦੇਖਭਾਲ ਕੀਤੀ। ਅਗਲੇ ਦਿਨ ਸਰਾਂ ਦੇ ਮਾਲਕ ਨੂੰ ਚਾਂਦੀ ਦੇ ਦੋ ਸਿੱਕੇ ਦੇ ਕੇ ਆਖਿਆ, ਇਹਦੀ ਦੇਖਭਾਲ ਕਰ, ਜਦੋਂ ਵਾਪਸ ਆਵਾਂਗਾ ਤੇਰਾ ਸਾਰਾ ਖਰਚਾ ਦੇ ਦਿਆਂਗਾ। ਇਹਨਾਂ ਤਿੰਨਾਂ ਵਿੱਚੋਂ ਉਸ ਆਦਮੀ ਦਾ ਜਿਹੜਾ ਚੋਰਾਂ ਦੇ ਹੱਥੇ ਚੜਿਆ ਸੀ, ਕਿੰਨੇ ਪੜੋਸੀ ਦਾ ਹੱਕ ਅਦਾ ਕੀਤਾ? ਜਿਹਨੇ ਉਹਨੂੰ ਬਚਾਇਆ ਸੀ ਉਹ। ਤੁਸੀਂ ਵੀ ਇਸੇ ਤਰ੍ਹਾਂ ਕਰੋ। ਆ ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਉਹਨਾਂ ਨੂੰ ਮਨਾ ਨਾ ਕਰੋ, ਕਿਉਂਕਿ ਖੁਦਾ ਦੀ ਬਾਦਸ਼ਾਹੀ ਵੀ ਅਜਿਹੀ ਹੈ। ਮੈਂ ਤੁਹਾਨੂੰ ਸੱਚ ਸੱਚ ਆਖਣਾ, ਜਿਹੜਾ ਖੁਦਾ ਦੀ ਬਾਦਸ਼ਾਹੀ ਨੂੰ ਬੱਚੇ ਵਾਂਗਰ ਕਬੂਲ ਨਾ ਕਰੇ, ਉਹਦੇ ਵਿੱਚ ਦਾਖਲ ਨਹੀਂ ਹੋ ਸਕਦਾ। ਜਿਹੜਾ ਬੱਚੇ ਨੂੰ ਮੇਰੇ ਨਾਂ ਵਿੱਚ ਕਬੂਲ ਕਰੇਗਾ, ਮੈਨੂੰ ਕਬੂਲ ਕਰੇਗਾ। ਜਿਹੜਾ ਮੈਨੂੰ ਕਬੂਲ ਕਰਦਾ ਹੈ, ਉਹ ਮੇਰੇ ਭੇਜਣ ਵਾਲੇ ਨੂੰ ਕਬੂਲ ਕਰਦਾ ਹੈ। ਜਿਹੜਾ ਤੁਹਾਡੇ ਵਿੱਚੋਂ ਛੋਟਾ ਹੈ, ਉਹ ਹੀ ਤੁਹਾਡੇ ਵਿੱਚੋਂ ਵੱਡਾ ਹੈ। ਯਸੂ ਨਾਸਰੀ ਜਾ ਰਿਹਾ ਹੈ। ਤੂੰ ਕੀ ਚਾਹੁੰਦਾ ਮੈਂ ਤੇਰੇ ਲਈ ਕਰਾਂ? ਮੈਂ ਵੇਖ ਸਕਾਂ, ਫਿਰ ਵੇਖ, ਤੇਰੇ ਮਾਨ ਦੇ ਨੂੰ ਬਚਾ ਲਿਆ ਏ। ਮੈਂ ਵੇਖ ਸਕਣਾ, ਮੈਂ ਵੇਖ ਸਕਣਾ, ਮੈਂ ਵੇਖ ਸਕਣਾ। ਜਦ ਯਸੂ ਯਰੂਸ਼ਲਮ ਜਾ ਰਿਹਾ ਸੀ, ਥਾਂ ਥਾਂ ਉਹਨੂੰ ਬਹੁਤ ਲੋਕ ਮਿਲੇ। ਲੋਕ ਉਹਨੂੰ ਨਿਜਾਤ ਦੀ ਰਾਹ ਵਿਖਾਉਣ ਲਈ ਤੇ ਖੁਦਾ ਦੀ ਬਾਦਸ਼ਾਹੀ ਦੇ ਬਾਰੇ 'ਚ ਸਿਖਾਉਣ ਲਈ ਕਹਿੰਦੇ ਸਨ। ਲੱਗਦਾ ਹੈ ਵਾਕਈ ਨਬੀ ਹੈ ਭਾਈ। ਮੇਰੇ ਮਾਲਕ, ਮੇਰੇ ਖੁਦਾਵੰਦ, ਮੈਨੂੰ ਬਚਾ। ਲੋਕੀ ਉਹਨੂੰ ਖੁਦਾਵੰਦ ਤੇ ਮਾਲਕ ਕਬੂਲ ਕਰਨ ਲੱਗ ਪਏ। ਯਰੂ ਵਿੱਚ ਜ਼ਕਾਈ ਨਾਮੀ ਇੱਕ ਮਸੂਲ ਲੈਣ ਵਾਲਾ ਸੀ। ਉਹ ਯਸੂ ਨੂੰ ਵੇਖਣ ਦਾ ਇੰਨਾ ਮੁਸ਼ਤਾਕ ਸੀ ਕਿ ਭੀੜ ਤੋਂ ਉੱਚਾ ਹੋਣ ਲਈ ਦਰਖਤ ਤੇ ਚੜ ਗਿਆ। ਮਸੂਲ ਲੈਣ ਵਾਲਾ ਹੈ। ਹੇਠਾਂ ਉਤਰ ਜ਼ਕਾਈ, ਅੱਜ ਮੈਂ ਤੇਰੇ ਘਰ ਠਹਿਰਾਂ। ਮੇਰੇ ਘਰ? ਇਹਦੇ ਘਰ ਕੌਣ ਰਹਿਣਾ ਚਾਹੁੰਦਾ ਹੈ? ਜ਼ਕਾਈ ਯਸੂ ਨੂੰ ਕਿੰਨ ਜਾਣਦਾ ਹੈ? ਸੁਣੋ,
मैं अपना अद्धा माल ते गरीबां विच देना, ते जे किसे दा हर्ज कीता है ते मैं वापस करांगा, वह भी चार गुना। यकीन नहीं आता वो एक मसूल लेने वाला मसूल वापस करे, ऐ हो ही नहीं सकता। अज इस घर विच नजात आई है, क्यों जो ये आदमी भी हजरत इब्राहिम की नस्ल चो है। इब्ने आदम गवाचिया नू लब्बण ते बचाउण आया। सुनो, असी यरूशलम जा रहे हैं, उत्थे इब्ने आदम वल्लों नबियां दी लिखी हुई हर गल पूरी होएगी। वह गैरां दे हवाले कीता जाएगा, वह उहदा मजाक उड़ाणगे, भैड़ा सलूक करनगे, मूंह ते थुक्कणगे, ते कतल करनगे। और वह तीसरे दिन जी उठेगा। भावें यसू जानदा सी कि वह आदमियों के गुनाहों लई मारिया जाएगा, उन्हें यरूशलम की राह लई। बेशुमार लोग उहदे आउण ते खुश होए ते उहनूं अपना बादशाह बनाउणा चाहिया। शगिरदां नूं चुप करन दा हुकम दे। मैं तुहानूं दसना, जे इह चुप हो गए ते पत्थर चीकण लग पैणगे। अमन, इज्जत, सेहत। जद यसू यरूशलम दे नेड़े आया ते उन वेख के रो पिया। जे सिर्फ तू इस दिन सलामती दी राह नूं जानदा, पर हुण ते तेरियां अखां बंद ने। पर वो दिन भी आउणगे जद तेरे दुश्मन तेरे दुआले मोर्चा बनाणगे, तेनूं तंग करनगे ते तेरी इट नाल इट वजा देणगे। तेनूं ते तेरे बच्चियां नूं तेरा सब कुछ उजाड़ देंगे। जदों रब ने तेरे ते सवली नजर कीती, तू उस वेले ना पहचानिया। यरूशलम में इबादत खाना इबादत दी थां दी बजाय तिजारत दा अड्डा बनिया होया सी। मेरा घर दुआ दा घर होवेगा, पर तुसां इहनूं चोरां दा अड्डा बना दिता है। रोको, रोको। रोको।
ਨੂੰ ਬੁਲਾਓ। ਸਿਆਸਤਦਾਨਾਂ ਤੇ ਮਜ਼ਹਬੀ ਵਡੇਰਿਆਂ ਵਿੱਚ ਮੁਖਾਲਫਤ ਵਧਣ ਲੱਗ ਪਈ ਕਿਉਂ ਜੋ ਲੋਕ ਉਹਨੂੰ ਮਸੀਹ ਬਾਦਸ਼ਾਹ ਕਹਿਣ ਲੱਗ ਪਏ ਸਨ। ਮੈਂ ਸੁਣਿਆ ਲੋਕਾਂ ਨੂੰ ਬਾਦਸ਼ਾਹ ਕਹਿਣਾ ਸ਼ੁਰੂ ਕਰ ਦਿੱਤਾ। ਬਾਦਸ਼ਾਹ ਬਾਦਸ਼ਾਹ ਮੰਗਤਿਆਂ ਤੇ ਚੋਰਾਂ ਦੇ ਇਹਦੇ ਵਰਗੇ ਵੇਖੇ ਨਹੀਂ। ਉਹ ਆਏ ਬੜੇ ਦਾਵੇ ਕੀਤੇ ਚਲੇ ਗਏ ਪਰ ਸਭ ਭੁੱਲ ਗਏ। ਅੰਨੇ ਤੇ ਨਹੀਂ ਹੋ, ਉਹਦੇ ਮੰਨਣ ਵਾਲੇ ਰੋਜ਼ ਵੱਧ ਰਹੇ ਨੇ, ਲੋਕ ਉਹਦੀ ਇੱਜ਼ਤ ਕਰਦੇ ਨੇ ਤੇ ਉਹਨੂੰ ਬਾਦਸ਼ਾਹ ਸਮਝਦੇ ਨੇ। ਮੈਂ ਤੁਹਾਨੂੰ ਖਬਰਦਾਰ ਕਰਨਾ, ਅਗਰ ਇਸ ਆਦਮੀ ਨੇ ਅਗਾਂ ਕੋਈ ਬਲਵਾ ਕੀਤਾ ਤੇ ਤੁਹਾਡੀ ਜ਼ਿੰਮੇਦਾਰੀ ਹੋਏਗੀ। ਇਹ ਠੀਕ ਕਹਿ ਰਿਹਾ, ਗਲੇਲੀ ਦੇ ਸਾਹਮਣੇ ਕਰਨ ਦਾ ਇਹੀ ਵੇਲਾ ਹੈ। ਜਦ ਰਿਆਕਾਰ ਫੱਕੀ ਤੇ ਫਰੀਸੀ ਉਹਦੀ ਤਨਕੀਦ ਦਾ ਨਿਸ਼ਾਨਾ ਬਣਨ ਲੱਗੇ, ਬਹੁਤ ਸਾਰੇ ਯਹੂਦੀ ਉਹਦੇ ਮਗਰ ਲੱਗ ਪਏ ਤੇ ਇਸ ਮਾਰਿਆਂ ਜਿਨ੍ਹਾਂ ਵੀ ਉਹਦੀ ਤਨਕੀਦ ਕੀਤੀ ਉਹਦੀ ਮੁਖਾਲਫਤ ਕਰਨ ਲੱਗ ਪਏ। ਇਬਾਦਤ ਖਾਨੇ ਵਿੱਚ ਯਸੂ ਨੇ ਇੱਕ ਗਰੀਬ ਮਾਈ ਨੂੰ ਦੋ ਦਮੜੀਆਂ ਪਾਉਂਦਿਆਂ ਵੇਖਿਆ। ਉਹ ਨਹੀਂ ਦੇ ਸਕਦੀ। ਮੈਂ ਦੱਸਾਂ, ਇਸ ਗਰੀਬ ਬੇਵਾ ਨੇ ਸਾਰਿਆਂ ਤੋਂ ਵੱਧ ਦਿੱਤਾ ਹੈ। ਦੂਜਿਆਂ ਨੇ ਉਹ ਦਿੱਤਾ ਹੈ ਜਿਹੜਾ ਉਹਨਾਂ ਦੀਆਂ ਜ਼ਰੂਰਤਾਂ ਤੋਂ ਵੱਧ ਦੇ, ਪਰ ਇਹਨੇ ਗਰੀਬੀ ਵਿੱਚ ਆਪਣਾ ਸਭ ਕੁਝ ਦੇ ਦਿੱਤਾ ਹੈ। ਜ਼ਰਾ ਦੱਸ, ਇਹ ਗੱਲ ਦਾ ਅਖਤਿਆਰ ਕਿੰਨੇ ਦਿੱਤਾ ਹੈ? ਕਿਸ ਇਹ ਹੱਕ ਦਿੱਤਾ ਹੈ? ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਣਾ, ਯੋਹੰਨਾ ਦਾ ਬਪਤਿਸਮਾ ਆਦਮੀ ਵੱਲੋਂ ਸੀ ਜਾਂ ਖੁਦਾ ਵੱਲੋਂ? ਹੁਣ ਅਸੀਂ ਕੀ ਕਹੀਏ? ਜੇ ਆਖੇਗਾ ਖੁਦਾ ਵੱਲੋਂ, ਉਹ ਕਹੇਗਾ ਤੇ ਫਿਰ ਤੁਸੀਂ ਯਕੀਨ ਕਿਉਂ ਨਾ ਕੀਤਾ? ਜੇ ਆਖਿਆ ਆਦਮੀਆਂ ਵੱਲੋਂ ਤੇ ਲੋਕ ਸਾਨੂੰ ਪੱਥਰ ਮਾਰਨਗੇ, ਉਹ ਤੇ ਸਾਰੇ ਮੰਨਦੇ ਨੇ ਯੋਹੰਨਾ ਨਬੀ ਸੀ। ਸਾਨੂੰ ਨਹੀਂ ਪਤਾ ਉਹ ਕਿਧਰੋਂ ਸੀ। ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਸਭ ਕੁਛ ਕਿਹਦੇ ਅਖਤਿਆਰ ਨਾਲ ਕਰਨਾ। ਇੱਕ ਵਾਰੀ ਇੱਕ ਆਦਮੀ ਨੇ ਅੰਗੂਰਾਂ ਦਾ ਬਾਗ ਲਾਇਆ ਤੇ ਠੇਕੇ ਤੇ ਦੇ ਦਿੱਤਾ ਤੇ ਲੰਮੇ ਅਰਸੇ ਲਈ ਘਰੋਂ ਚਲਾ ਗਿਆ। ਜਦੋਂ ਅੰਗੂਰ ਇਕੱਠਿਆਂ ਕਰਨ ਦਾ ਵੇਲਾ ਆਇਆ, ਉਸ ਨੌਕਰ ਨੂੰ ਠੇਕੇਦਾਰਾਂ ਕੋਲ ਘੱਲਿਆ ਤੇ ਫਸਲ 'ਚੋਂ ਆਪਣਾ ਹਿੱਸਾ ਮੰਗਵਾਇਆ। ਠੇਕੇਦਾਰਾਂ ਨੌਕਰ ਨੂੰ ਮਾਰਿਆ ਤੇ ਖਾਲੀ ਹੱਥ ਮੋੜ ਦਿੱਤਾ। ਉਹਨੇ ਇੱਕ ਹੋਰ ਨੂੰ ਘੱਲਿਆ ਪਰ ਠੇਕੇਦਾਰਾਂ ਉਹਨੂੰ ਵੀ ਮਾਰਿਆ, ਬੇਇੱਜ਼ਤ ਕੀਤਾ ਤੇ ਖਾਲੀ ਹੱਥ ਮੋੜ ਦਿੱਤਾ। ਫਿਰ ਉਹਨੇ ਤੀਜਾ ਨੌਕਰ ਭੇਜਿਆ ਪਰ ਠੇਕੇਦਾਰਾਂ ਉਹਨੂੰ ਵੀ ਜ਼ਖਮੀ ਕਰਕੇ ਬਾਹਰ ਕੱਢ ਦਿੱਤਾ ਤੇ ਬਾਗ ਦੇ ਮਾਲਕ ਨੇ ਆਖਿਆ, ਮੈਂ ਕੀ ਕਰਾਂ? ਹੁਣ ਮੈਂ ਆਪਣਾ ਪੁੱਤਰ ਭੇਜਾਂਗਾ, ਇਹਦਾ ਤੇ ਲਿਹਾਜ਼ ਕਰਨਗੇ ਨਾ। ਜਦੋਂ ਠੇਕੇਦਾਰਾਂ ਉਹਨੂੰ ਵੇਖਿਆ ਤੇ ਆਪਸ ਵਿੱਚ ਆਖਿਆ, ਇਹ ਮਾਲਕ ਦਾ ਪੁੱਤਰ ਏ, ਅਗਰ ਇਹਨੂੰ ਕਤਲ ਕਰ ਦਈਏ ਤਾਂ ਸਮਝੋ ਜਾਇਦਾਦ ਸਾਡੀ ਹੋ ਗਈ। ਹੋਰ ਦੱਸੋ। ਉਹਨਾਂ ਉਸਨੂੰ ਬਾਗ ਚੋਂ ਬਾਹਰ ਲਿਆਂਦਾ ਤੇ ਕਤਲ ਕਰ ਛੱਡਿਆ। ਬਾਗ ਦਾ ਮਾਲਿਕ ਉਹਨਾਂ ਠੇਕੇਦਾਰਾਂ ਨਾਲ ਕੀ ਕਰੇਗਾ? ਉਹ ਆ ਕੇ ਉਹਨਾਂ ਨੂੰ ਮਾਰੇਗਾ ਤੇ ਬਾਗ ਦੂਜੇ ਠੇਕੇਦਾਰਾਂ ਨੂੰ ਦੇ ਦੇਗਾ? ਇਸ ਕਲਾਮ ਦਾ ਕੀ ਮਤਲਬ ਏ? ਉਹ ਪੱਥਰ ਜਿਹਨੂੰ ਰਾਜਾਂ ਰੱਦ ਕੀਤਾ ਏ, ਸਭ ਤੋਂ ਜ਼ਿਆਦਾ ਕੀਮਤੀ ਪੱਥਰ ਬਣ ਗਿਆ, ਜਿਹੜਾ ਉਹਦੇ ਤੇ ਡਿੱਗੇਗਾ ਟੋਟੇ ਟੋਟੇ ਹੋ ਜਾਏਗਾ, ਪਰ ਜੇ ਕਿਸੇ ਤੇ ਉਹ ਡਿੱਗੇਗਾ ਉਹਦਾ ਸੁਰਮਾ ਬਣਾ ਦੇਗਾ। ਉਸਤਾਦ, ਤੁਸੀਂ ਸੱਚ ਕਹਿੰਦੇ ਤੇ ਸੱਚ ਸਿਖਾਉਂਦੇ ਹੋ, ਤੁਹਾਡੇ ਲਈ ਕਿਸੇ ਦੀ ਹੈਸੀਅਤ ਕੋਈ ਮਾਨੇ ਨਹੀਂ ਰੱਖਦੀ, ਪਰ ਤੁਸੀਂ ਇਨਸਾਨ ਲਈ ਰੱਬ ਦੀ ਮਨਸ਼ਾ ਸੱਚ ਸਿਖਾਉਂਦੇ ਹੋ। ਦੱਸੋ, ਰੂਮੀ ਸਰਕਾਰ ਨੂੰ ਜਜ਼ੀਆ ਦੇਣਾ ਸਾਡੀ ਸ਼ਰੀਅਤ ਦੇ ਮੁਤਾਬਿਕ ਰਵਾ ਏ ਕਿ ਨਹੀਂ? ਖੁਦਾ ਦੇਖ ਕੇ ਇਹ ਕੋਈ ਚਾਲ ਏ। ਮੈਨੂੰ ਇੱਕ ਸਿੱਕਾ ਵਿਖਾਓ। ਇਹ ਸਿੱਕੇ ਤੇ ਕਿਹਦੀ ਮੂਰਤ ਏ? ਤੇ ਜਿਹੜਾ ਕੈਸਰ ਦਾ ਏ ਉਹ ਕੈਸਰ ਨੂੰ ਦਿਓ, ਜਿਹੜਾ ਰੱਬ ਦਾ ਏ ਰੱਬ ਕੋਲ ਲਿਆਓ। ਹੌਸਲਾ, ਬੋਲਦਾ ਨਹੀਂ। ਹੁਣ ਪਤੀਰੀ ਰੋਟੀ ਦੀ ਈਦ ਨੇੜੇ ਸੀ ਜਿਹਨੂੰ ਫਸਾ ਆਖਿਆ ਜਾਂਦਾ ਸੀ।
ਯਸੂ ਨੇ ਸ਼ਮਾਉਨ ਪਤਰਸ ਤੇ ਯੋਹੰਨਾ ਨੂੰ ਫਸਾ ਤਿਆਰ ਕਰਨ ਲਈ ਪਹਿਲਾਂ ਕਲਿਆ। ਮੇਰੀ ਬੜੀ ਖਵਾਹਿਸ਼ ਸੀ ਕਿ ਦੁੱਖ ਸਹਿਣ ਤੋਂ ਪਹਿਲਾਂ ਤੁਹਾਡੇ ਨਾਲ ਫਸਾ ਦਾ ਖਾਣਾ ਖਾਵਾਂ। ਮੈਂ ਤੁਹਾਨੂੰ ਦੱਸਣਾ, ਮੈਂ ਇਹ ਖਾਣਾ ਫਿਰ ਤੁਹਾਡੇ ਨਾਲ ਨਾ ਖਾਵਾਂਗਾ ਜਦੋਂ ਤੱਕ ਖੁਦਾ ਦੀ ਬਾਦਸ਼ਾਹੀ ਪੂਰੀ ਨਾ ਹੋ ਜਾਏ। ਮੁਬਾਰਕ ਤੂੰ ਐ ਖੁਦਾਵੰਦ, ਦੁਨੀਆਂ ਦੇ ਬਾਦਸ਼ਾਹ, ਜਿਹੜਾ ਅੰਗੂਰ ਦੀ ਵੱਲ ਤੇ ਅੰਗੂਰ ਲਾਉਣਾ ਹੈ। ਇਹਨੂੰ ਲੈ ਕੇ ਆਪਸ ਵਿੱਚ ਵੰਡ ਲਓ। ਮੈਂ ਅੰਗੂਰ ਦਾ ਇਹ ਰਸ ਤੁਹਾਡੇ ਨਾਲ ਉਸ ਵੇਲੇ ਤੱਕ ਨਹੀਂ ਪੀਵਾਂਗਾ ਜਦੋਂ ਤੱਕ ਖੁਦਾ ਦੀ ਬਾਦਸ਼ਾਹ ਹੀ ਨਾ ਆ ਜਾਵੇ। ਮੁਬਾਰਕ ਕਿ ਤੂੰ ਐ ਖੁਦਾਵੰਦ, ਦੁਨੀਆਂ ਦੇ ਸ਼ਹਿਨਸ਼ਾਹ, ਜਿਹੜਾ ਜ਼ਮੀਨ ਚੋਂ ਅੰਨ ਪੈਦਾ ਕਰਦਾ ਹੈ। ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਦਿੱਤਾ ਜਾਂਦਾ ਹੈ। ਮੇਰੀ ਯਾਦਗਾਰੀ ਵਿੱਚ ਇਸੇ ਤਰ੍ਹਾਂ ਕਰਿਆ ਕਰੋ। ਇਹ ਪਿਆਲਾ ਮੇਰੇ ਖੂਨ ਵਿੱਚ ਨਵਾਂ ਅਹਿਦ ਹੈ ਜਿਹੜਾ ਤੁਹਾਡੇ ਲਈ ਵਗਿਆ ਹੈ। ਵੇਖੋ ਮੇਰੇ ਪਕੜਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਤੇ ਵੇ। ਰੱਬ ਦੀ ਮਰਜ਼ੀ ਦੇ ਮੁਤਾਬਿਕ ਇਬਨ ਆਦਮ ਦਾ ਮਰਨਾ ਤੇ ਜ਼ਰੂਰ ਹੈ, ਪਰ ਅਫਸੋਸ ਉਹਦੇ ਤੇ ਜਿਹਦੇ ਸਬਬ ਹੋਇਆ ਹੋਵੇ। ਨਹੀਂ ਹੋ ਸਕਦਾ, ਕਿਸ ਤਰ੍ਹਾਂ ਹੋ ਸਕਦਾ ਹੈ? ਨਾਮੁਮਕਿਨ। ਗੱਦਾਰ ਦਾ ਨਾਂ ਦੱਸੋ। ਜਿਹੜਾ ਵੱਡਾ ਬਣਨਾ ਚਾਹੇ ਛੋਟਾ ਬਣੇ, ਤੇ ਆਗੂ ਨੌਕਰ ਵਾਂਗ ਬਣੇ। ਵੱਡਾ ਕਿਹੜਾ ਹੈ, ਉਹ ਜਿਹੜਾ ਬਹਿ ਕੇ ਖਾਂਦਾ ਹੈ ਜਾਂ ਉਹ ਜਿਹੜਾ ਖਵਾਉਂਦਾ ਹੈ? ਤੁਸੀਂ ਕਹੋਗੇ ਉਹ ਜਿਹੜਾ ਬਹਿ ਕੇ ਖਾਂਦਾ ਹੈ, ਪਰ ਮੈਂ ਖਿਦਮਤ ਕਰਨ ਵਾਲੇ ਵਾਂਗੂ ਹਾਂ। ਤੁਸੀਂ ਦੁੱਖਾਂ ਵਿੱਚ ਮੇਰੇ ਨਾਲ ਰਹੇ ਹੋ, ਜਿਸ ਤਰ੍ਹਾਂ ਮੇਰੇ ਬਾਪ ਨੇ ਅਦਾਲਤ ਦਾ ਕੰਮ ਮੈਨੂੰ ਦਿੱਤਾ ਹੈ, ਮੈਂ ਤੁਹਾਨੂੰ ਦੇਣਾ ਵਾਂ। ਮੇਰੀ ਬਾਦਸ਼ਾਹੀ ਵਿੱਚ ਤੁਸੀਂ ਮੇਰੇ ਨਾਲ ਖਾਓ ਪੀਓਗੇ, ਤੇ 12 ਕਬੀਲਿਆਂ ਦੇ ਨਿਆਂ ਕਰਨ ਲਈ ਤੁਸੀਂ ਮੇਰੇ ਨਾਲ ਬੈਠੋਗੇ। ਫਿਰ ਤੇ ਕੋਈ ਗੱਦਾਰ ਨਾ ਹੋਇਆ। ਸ਼ਮੂਨ ਸ਼ਮੂਨ ਸੁਣ, ਸ਼ੈਤਾਨ ਤੁਹਾਨੂੰ ਸਾਰਿਆਂ ਨੂੰ ਛੱਡਣਾ ਚਾਹੁੰਦਾ ਹੈ, ਤਾਂ ਜੋ ਚੰਗਿਆਂ ਤੇ ਬੁਰਿਆਂ ਨੂੰ ਵੱਖਰਿਆਂ ਕਰੇ, ਜਿਸ ਤਰ੍ਹਾਂ ਜੱਟ ਕਣਕ ਤੇ ਤੂੜੀ ਨੂੰ ਕਰਦਾ ਹੈ। ਪਰ ਮੈਂ ਤੇਰੇ ਲਈ ਦੁਆ ਕੀਤੀ ਹੈ ਸ਼ਮੂਨ, ਕਿ ਤੇਰਾ ਇਮਾਨ ਜਾਂਦਾ ਨਾ ਰਹੇ, ਜਦ ਵਾਪਸ ਮੁੜੇ ਤੇ ਭਰਾਵਾਂ ਨੂੰ ਮਜ਼ਬੂਤ ਕਰੀ। ਖੁਦਾਵੰਦ, ਮੈਂ ਤੇਰੇ ਨਾਲ ਕੈਦੋਂ ਨੂੰ ਵੀ ਤਿਆਰ ਹਾਂ, ਸਗੋਂ ਮਰਨ ਨੂੰ ਵੀ। ਤੈਨੂੰ ਦੱਸਾਂ ਪਤਰਸ, ਕੁੱਕੜ 3 ਵਾਰ ਬਾਂਗ ਨਹੀਂ ਦੇਗਾ ਕਿ ਤੂੰ 3 ਵਾਰ ਮੇਰਾ ਇਨਕਾਰ ਕਰ ਚੁੱਕਿਆ ਹੋਏਗਾ। ਜਦ ਮੈਂ ਤੁਹਾਨੂੰ ਥੈਲੇ ਜਾਂ ਚੋਲੀ ਬਗੈਰ ਕੱਲਿਆ ਸੀ, ਕਿਸੇ ਗੱਲ ਦੀ ਥੋੜ ਹੋਈ ਸੀ? ਨਹੀਂ, ਕੁਝ ਵੀ ਨਹੀਂ। ਪਰ ਹੁਣ ਜਿਹਦੇ ਕੋਲ ਚੋਲੀ ਜਾਂ ਥੈਲਾ ਹੈ ਆਪਣੇ ਕੋਲ ਰੱਖੇ, ਤੇ ਜਿਹਦੇ ਕੋਲ ਤਲਵਾਰ ਨਹੀਂ ਉਹ ਆਪਣੇ ਲੀੜੇ ਵੇਚ ਕੇ ਖਰੀਦੇ। ਮੇਰੀ ਗੱਲ ਸੁਣੋ, ਕਲਾਮ ਵਿੱਚ ਲਿਖਿਆ ਹੈ ਉਹ ਮੁਜਰਮਾਂ ਵਿੱਚ ਗਿਣਿਆ ਜਾਏਗਾ, ਤੇ ਜੋ ਕੁਛ ਮੇਰੇ ਲਈ ਲਿਖਿਆ ਹੈ ਉਹ ਜ਼ਰੂਰ ਪੂਰਾ ਹੋਏਗਾ। ਵੇਖ, ਦੋ ਤਲਵਾਰਾਂ ਖੁਦਾਵੰਦ, ਇਹ ਕਾਫੀ ਨੇ। ਤੇ ਪੰਚਾਇਤ ਬੈਠੀ
ਤੇ ਉਹਨਾਂ ਨੇ ਸੋਚਿਆ ਕਿ ਯਸੂ ਕੋਲੋਂ ਕਿੰਝ ਖਲਾਸੀ ਪਾਈਏ। ਤੇ ਸ਼ੈਤਾਨ ਯਹੂਦਾ ਅਸਕਰਯੋਤੀ ਚ ਆਵੜਿਆ, ਜਿਹੜਾ 12 ਵਿੱਚੋਂ ਇੱਕ ਸੀ। ਉਹਨੇ ਬਜ਼ੁਰਗਾਂ ਨਾਲ ਯਸੂ ਦੇ ਫੜਾਉਣ ਦੀ ਸਾਜ਼ਿਸ਼ ਕੀਤੀ। ਯਸੂ ਯਰੂਸ਼ਲਮ ਚੋਂ ਨਿਕਲ ਕੇ ਜ਼ੈਤੂਨ ਪਹਾੜ ਤੇ ਦੁਆ ਕਰਨ ਗਿਆ। ਦੁਆ ਕਰੋ ਕਿ ਅਸਮਾਇਸ਼ ਵਿੱਚ ਨਾ ਪਵੋ। ਯਹੂਦਾ ਅਸਕਰਯੋਤੀ ਚਾਂਦੀ ਦੇ ਸਿਰਫ 30 ਸਿੱਕਿਆਂ ਬਦਲੇ ਯਸੂ ਨਾਲ ਧੋਖਾ ਕੀਤਾ। ਯਸੂ ਜਾਣਦਾ ਸੀ ਕਿ ਲੋਕਾਂ ਦੇ ਗੁਨਾਹਾਂ ਲਈ ਉਹਦੀ ਮੌਤ ਦੀ ਘੜੀ ਨੇੜੇ ਆ ਰਹੀ ਏ। ਉਸ ਦੁਆ ਕੀਤੀ, ਤੇਰੀ ਮਰਜ਼ੀ ਏ ਤੇ ਇਹ ਪਿਆਲਾ ਮੈਥੋਂ ਟਲ ਜਾਏ, ਪਰ ਮੇਰੀ ਨਹੀਂ, ਤੇਰੀ ਮਰਜ਼ੀ ਪੂਰੀ ਹੋਵੇ। ਤੇ ਇੱਕ ਫਰਿਸ਼ਤਾ ਅਸਮਾਨੋਂ ਆ ਕੇ ਉਹਨੂੰ ਤਾਕਤ ਦਿੰਦਾ ਸੀ, ਤੇ ਉਹਦਾ ਮੁੜਕਾ ਲਹੂ ਦੇ ਕਤਰੇ ਬਣ ਬਣ ਕੇ ਜ਼ਮੀਨ ਤੇ ਡਿੱਗਦਾ ਸੀ। ਸੌਂ ਕਿਉਂ ਰਹੇ ਹੋ? ਜਾਗੋ ਤੇ ਦੁਆ ਕਰੋ ਤਾਂ ਕਿ ਅਜ਼ਮਾਇਸ਼ ਵਿੱਚ ਨਾ ਪਾਓ। ਤੂੰ ਚੁੰਮ ਕੇ ਇਬਨੇ ਆਦਮ ਨੂੰ ਧੋਖਾ ਦੇਣਾ ਹੈ? ਖੁਦਾ ਜੇ ਤੂੰ ਕਹੇ ਤੇ ਉੜਾ ਦੀਏ। ਬਸ ਬਹੁਤ ਹੋ ਗਈ। ਤੁਸੀਂ ਤਲਵਾਰਾਂ ਤੇ ਡਾਂਗਾਂ ਲੈ ਕੇ ਇੰਝ ਆਇਓ ਕੋਈ ਪਗੌੜਾ? ਮੈਂ ਇਬਾਦਤ ਖਾਨੇ ਵਿੱਚ ਹਰ ਰੋਜ਼ ਤੁਹਾਡੇ ਨਾਲ ਸਾਂ, ਤੁਸੀਂ ਮੈਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਹੁਣ ਤੁਹਾਡਾ ਵੇਲਾ ਏ, ਜਦੋਂ ਹਨੇਰੇ ਦੀ ਬਾਦਸ਼ਾਹੀ ਏ। ਇਹਦਾ ਧਿਆਨ ਰੱਖਣਾ। ਸਿਪਾਹੀ ਉਹਨੂੰ ਵਿਹੜੇ ਵਿੱਚ ਲੈ ਗਏ ਤੇ ਯਹੂਦੀਆਂ ਦਾ ਬਾਦਸ਼ਾਹ ਕਹਿ ਕਹਿ ਕੇ ਮਖੌਲ ਕਰਨ ਲੱਗੇ। ਦੱਸ ਹੁਣ ਕੀ ਹੋਣ ਵਾਲਾ? ਬਾਦਸ਼ਾਹ ਸਲਾਮਤ, ਤੁਸੀਂ ਸਾਨੂੰ ਬਚਾਓਗੇ? ਤੁਸੀਂ ਬਚਾਓਗੇ ਸਾਨੂੰ? ਇਹ ਆਦਮੀ ਯਸੂ ਨਾਲ ਸੀ। ਬੀਬੀ ਮੈਂ ਤੇ ਉਹਨੂੰ ਜਾਣਦਾ ਹੀ ਨਹੀਂ। ਇਹ ਦੋਵੇਂ ਇਕੱਠੇ ਸਨ। Thank you.
तेरे हकीर बंदे और किसी का मताज होना किस तरह लगता है। उन्हां विचों एक तुम ही है। मैं नहीं हां। ਇਹਦੇ 'ਚ ਸ਼ੱਕ ਨਹੀਂ, ਇਹ ਯਿਸੂ ਦੇ ਨਾਲ ਸੀ ਤੇ ਫਿਰ ਇਹ ਵੀ ਤੇ ਗਲੀਲੀ ਏ। ਜਾ ਤੂੰ। ਮੈਨੂੰ ਨਹੀਂ ਪਤਾ ਕੀ ਕਹਿੰਦੇ ਹੋ। ਤਦ ਯਿਸੂ ਪਤਰਸ ਵੱਲ ਵੇਖਿਆ, ਫਿਰ ਪਤਰਸ ਨੂੰ ਯਾਦ ਆਇਆ ਜੋ ਖੁਦਾਵੰਦ ਨੇ ਆਖਿਆ ਸੀ, ਅੱਜ ਇਸ ਤੋਂ ਪਹਿਲਾਂ ਕਿ ਕੁੱਕੜ ਬਾਂਗ ਦੇਵੇ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਓ ਖੁਦਾਵੰਦ, ਸਾਡੀ ਮਿੰਨਤ ਏ, ਆਪਣੀ ਕੁਦਰਤ ਦੇ ਮੁਤਾਬਿਕ ਸਾਡੇ ਨਾਲ ਸਲੂਕ ਕਰ। ਤੂੰ ਤੂੰ ਸਾਡੇ ਪਿਓ ਦਾਦਿਆਂ ਜਿਨ੍ਹਾਂ ਤੇਰੀ ਬਹਾਵਤ ਕੀਤੀ ਸੀ, ਮਾਫ ਕੀਤਾ। ਤੂੰ ਭਾਵੇਂ ਨਾਰਾਜ਼ ਹੈ ਫਿਰ ਵੀ ਤੂੰ ਤਬਾਹ ਨਾ ਕੀਤਾ। ਤੂੰ ਨਾਲ ਮੁਹੱਬਤ ਤੇ ਕੀਤੇ ਹੋਏ ਐਤਮਾਰਿਆਂ ਦਿਖਾਇਆ ਤੇ ਉਹਨਾਂ ਨੂੰ ਬਚਾਇਆ। ਕਿਸ ਮਾਰਿਆ ਦੱਸ? ਨਬੂਵਤ ਕਰ, ਹੁਣ ਤੈਨੂੰ ਕੌਣ ਮਾਰੇਗਾ? ਬਸ ਕਰੋ, ਬਸ ਕਰੋ, ਮੈਂ ਕਹਿੰਦਾ ਇਹਨੂੰ ਪੰਚਾਇਤ ਸਾਹਮਣੇ ਲੈ ਕੇ ਆ। ਚੱਲ। ਮਜ਼ਹਬੀ ਪੰਚਾਇਤ ਦੇ ਬਜ਼ੁਰਗ ਯਿਸੂ ਤੇ ਸਵਾਲ ਕਰਨ ਲਈ ਇਕੱਠੇ ਹੋਏ। ਦੱਸ ਹੁਣ, ਕੀ ਤੂੰ ਮਸੀਹ ਹੈ? ਜੇ ਦੱਸਾਂ ਤੁਸੀਂ ਮੰਨੋਗੇ ਨਹੀਂ, ਜੇ ਮੈਂ ਤੁਹਾਨੂੰ ਪੁੱਛਾਂ ਤੁਸੀਂ ਜਵਾਬ ਨਹੀਂ ਦਿਓਗੇ। ਪਰ ਹੁਣ ਤੋਂ ਲੈ ਕੇ ਇਬਨ ਆਦਮ ਖੁਦਾ ਤਾਲਾ ਦੇ ਸੱਜੇ ਹੱਥ ਬੈਠਿਆ ਕਰੇਗਾ। ਕੀ ਤੂੰ ਫਿਰ ਰੱਬ ਦਾ ਪੁੱਤਰ? ਮੈਂ ਹਾਂ। ਕਹਿੰਦਾ ਇਹਨੂੰ ਕਿਤੇ ਹੱਕ ਦਿੱਤਾ ਹੈ? ਇਹਨੇ ਜੋ ਕੁਝ ਹੱਕ ਹੈ ਅਸਾਂ ਕੰਨੀ ਸੁਣਿਆ। ਚਲੋ ਪਹਿਲਾਂ ਤੂੰ ਉਸਕੋ ਲੈ ਚਲੀਏ। ਚੱਲ ਉਹਨੂੰ ਪੈਂਤੂਸ ਪਲਾਤੂਸ ਕੋਲ ਲੈ ਗਏ, ਜਿਹੜਾ ਰੂਮੀ ਹੁਕਮਰਾਨਾਂ 'ਚੋਂ ਬੜਾ ਵਹਿਸ਼ੀ ਤੇ ਹਜ਼ਾਰਾਂ ਨੂੰ ਸੂਲੀ ਤੇ ਚੜਾਉਣ ਦਾ ਜ਼ਿੰਮੇਦਾਰ ਸੀ। ਤੇ ਤੁਸੀਂ ਸਵੇਰੇ ਸਵੇਰੇ ਇੱਥੇ ਕੀ ਲੈਣ ਆ ਗਏ ਹੋ? ਇਹ ਆਦਮੀ ਲੋਕਾਂ ਨੂੰ ਵਿਗਾੜਨ ਡਿਆ ਸੀ। ਇਸ ਇਬਾਦਤਖਾਨੇ ਦੇ ਬਾਜ਼ਾਰ ਖੱਪ ਪੁਆਈ ਸੀ। ਇਹਦੀ ਹੁਣ ਕੀ ਸਜ਼ਾ ਹੈ? ਇਹਨੂੰ ਸਜ਼ਾ ਦਿਓ। ਇਸ ਆਦਮੀ ਨੂੰ ਸਜ਼ਾ ਦੇਣ ਦੀ ਕੋਈ ਵਜ੍ਹਾ ਨਹੀਂ, ਕੋਈ ਨਹੀਂ। ਇਹ ਤੇ ਮੁਜਰਿਮ ਹੈ। ਇਹ ਬਾਦਸ਼ਾਹ ਨੂੰ ਜਜ਼ੀਆ ਦੇਣ ਤੋਂ ਮਨਾ ਕਰਦਾ ਹੈ, ਆਪਣੇ ਆਪ ਨੂੰ ਮਸੀਹ ਕਹਿੰਦਾ ਹੈ। ਬਾਦਸ਼ਾਹ? ਬਾਦਸ਼ਾਹ? ਤੂੰ ਯਹੂਦੀਆਂ ਦਾ ਬਾਦਸ਼ਾਹ ਹੈ?
ਤੂੰ ਆਪ ਆਖਿਆ ਇਹਨੇ ਗਲੀਲ ਵਿੱਚ ਸ਼ੁਰੂ ਕੀਤਾ ਸੀ ਹੁਣ ਇੱਥੇ ਵੀ ਗਲੀਲ ਵਿੱਚ ਕੀ ਇਹ ਆਦਮੀ ਗਲੀਲੀ ਹੈ ਇਸ ਕੇਸ ਦਾ ਹੇਰੋਦੀਸ ਫੈਸਲਾ ਕਰੇਗਾ ਉਹ ਹਾਲੀ ਯਰੂਸ਼ਲਮ ਵਿੱਚ ਹੈ ਲੈ ਜਾਓ ਹੇਰੋਦਸ ਕੋਲ ਆਪਣੇ ਆਪ ਨੂੰ ਕੀ ਕਹਿੰਦਾ ਉਹ ਕੌਣ ਨੇ ਜਿਹੜੇ ਤੇਰੇ ਸ਼ਾਗਿਰਦ ਨੇ ਬਹੁਤ ਲੋਕੀ ਕਹਿੰਦੇ ਨੇ ਤੂੰ ਮੌਜੇ ਕਰਨਾ ਮੇਰੇ ਲਈ ਵੀ ਕੁਝ ਕਰ ਮਾਲਿਕ ਇਹ ਸਾਰੇ ਲੋਕਾਂ ਨੂੰ ਵਿਗਾੜਿਆ ਇਹ ਆਪਣੇ ਆਪ ਨੂੰ ਬਾਦਸ਼ਾਹ ਕਹਿੰਦਾ ਹੈ ਇਹ ਆਦਮੀ ਬਾਦਸ਼ਾਹ ਬਾਦਸ਼ਾਹ ਸਲਾਮਤ ਐਨ ਖੂਬ ਮਾਰੋ ਪਹਿਲਾਂ ਤੂੰ ਸਕੂਲ ਲੈ ਜਾਓ ਇਹ ਉਹਦਾ ਇਲਾਕਾ ਹੈ ਆਦਮੀ ਬਹੁਤ ਦਿਲ ਹੈ ਕੋਈ ਕੰਮ ਨਹੀਂ ਕੀਤਾ ਇਹਨੂੰ ਕੌੜੇ ਮਰਵਾ ਕੇ ਫਿਰ ਭਾਵੇਂ ਜਾਨ ਦਿਓ ਤੁਸੀਂ ਹਰ ਸਾਲ ਇਸ ਈਦ ਤੇ ਸਾਡੇ ਲਈ ਇੱਕ ਆਦਮੀ ਛੱਡਦੇ ਹੋ ਅਸੀਂ ਛੁਡਾਉਂਦੇ ਹਾਂ ਬਰਾਬਾ ਨੂੰ ਹਾਂ ਠੀਕ ਹੈ ਇਸ ਆਦਮੀ ਨੂੰ ਲੈ ਜਾਓ ਸਾਨੂੰ ਬਰਾਬਾ ਦੇ ਦਿਓ ਉਹ ਜ਼ੋਰ ਜ਼ੋਰ ਨਾਲ ਚੀਖਦੇ ਰਹੇ ਕਿ ਯਸੂ ਨੂੰ ਸੂਲੀ ਦਿਓ ਸੂਲੀ ਦਿਓ ਪਲਾਤੂਸ ਨੇ ਯਸੂ ਨੂੰ ਮੌਤ ਦੀ ਸਜ਼ਾ ਸੁਣਾਈ ਉਹਨੇ ਬਰਾਬਾ ਨੂੰ ਜਿਹਨੂੰ ਉਹ ਚਾਹੁੰਦੇ ਸਨ ਅਤੇ ਜਿਹੜਾ ਹੰਗਾਮੇ ਅਤੇ ਕਤਲ ਦੇ ਜੁਰਮ ਵਿੱਚ ਕੈਦ ਸੀ ਆਜ਼ਾਦ ਕੀਤਾ ਪਲਾਤੂਸ ਨੇ ਯਸੂ ਨੂੰ ਸੂਲੀ ਦੇਣ ਲਈ ਉਹਨਾਂ ਦੇ ਹਵਾਲੇ ਕੀਤਾ ਹਟ ਵੀ ਜਾਓ
ਸ਼ਮਾਉਨ ਕਰੇਲੀ ਸਰਕਾਰ ਇਧਰ ਆ ਜਾ ਘਟਾ ਰਸੀਆਂ ਖੁਦਾਵੰਤ ਤੁਹਾਡੇ ਲਈ ਪੀ ਲਓ ਪੀ ਲਓ ਪੀ ਲਓ ਖੁਦਾਵੰਤ ਯਰੂਸ਼ਲਮ ਦੀ ਔਰਤੋ ਮੇਰੇ ਲਈ ਨਾ ਰੋਵੋ ਪਰ ਆਪਣੇ ਤੇ ਆਪਣੇ ਬੱਚਿਆਂ ਲਈ ਰੋਵੋ ਜਦੋਂ ਇਹ ਸਭ ਕੁਝ ਹਰੇ ਦਰਖਤ ਨਾਲ ਹੋ ਸਕਦਾ ਏ ਤੇ ਸੁੱਕੇ ਨਾਲ ਕੀ ਨਾ ਹੋਵੇਗਾ ਖੁਦਾ ਤੁਹਾਡੇ ਨਾਲ ਹੋਵੇ ਅਸੀਂ ਤੁਹਾਡੇ ਲਈ ਦੁਆ ਕਰਾਂਗੇ ਨਹੀਂ ਜਾਣਦੇ ਕੀ ਕਰਦੇ ਨੇ ਇਹ ਹੋਰਾਂ ਨੂੰ ਬਚਾਉਂਦਾ ਸੀ ਆਪਣੇ ਤਾਂ ਵੀ ਬਚਾਏ
जे तू मसीह है ते अपने आप नू बचा ते सूली तो उतर आ। हुण अपना कोई मजा हा ਨਬੂਅਤਾਂ ਦੇ ਮੁਤਾਬਿਕ ਜਿਹੜੀਆਂ ਖੁਦਾ ਦੇ ਨਬੀਆਂ ਨੇ ਕਈ ਸੌ ਸਾਲ ਪਹਿਲੇ ਕੀਤੀਆਂ ਸਨ, ਯਸੂ ਨੂੰ ਦੋ ਡਾਕੂਆਂ ਦੇ ਵਿਚਕਾਰ ਸੂਲੀ ਚੜਾਇਆ ਗਿਆ। ਇਹ ਬੜਾ ਖਾਸ ਚੋਗਾ ਏ, ਕੋਈ ਆਮ ਨਹੀਂ। ਜਾਣ ਦਿਓ ਨਾ, ਦੱਸਾਂ ਇਹਦੇ ਤੇ ਕੁਰਾ ਪਾ ਲੈਨੇ ਆ। ਉਹਨਾਂ ਨੇ ਉਹਦੇ ਸਿਰ ਤੇ ਇੱਕ ਕੁਤਬਾ ਲਾਇਆ ਜਿਹਦੇ ਤੇ ਲਿਖਿਆ ਸੀ, ਯਹੂਦੀਆਂ ਦਾ ਬਾਦਸ਼ਾਹ। ਜੇ ਤੂੰ ਯਹੂਦੀਆਂ ਦਾ ਬਾਦਸ਼ਾਹ ਹੈ ਤੇ ਆਪਣੇ ਆਪ ਨੂੰ ਬਚਾ। ਤੂੰ ਮਸੀਹ ਹੈ, ਤੂੰ ਵੀ ਬਚ ਤੇ ਸਾਨੂੰ ਵੀ ਬਚਾ। ਉਹ ਖੁਦਾ ਤੋਂ ਡਰ, ਇਹਨੂੰ ਵੀ ਉਹੀ ਸਜ਼ਾ ਮਿਲੀ ਹੈ ਜਿਹੜੀ ਤੈਨੂੰ, ਪਰ ਇਸ ਕੋਈ ਬੁਰਾ ਕੰਮ ਨਹੀਂ ਕੀਤਾ। ਮੈਨੂੰ ਵੀ ਯਾਦ ਕਰਨਾ ਯੇਸੂ ਜਦ ਆਪਣੀ ਬਾਦਸ਼ਾਹੀ ਵਿੱਚ ਆਏ। ਮੈਂ ਵਾਅਦਾ ਕਰਨਾ, ਅੱਜ ਹੀ ਤੂੰ ਜੰਨਤ ਵਿੱਚ ਹੋਏਗਾ ਮੇਰੇ ਨਾਲ। ਹੁਣ ਦੁਪਹਿਰ ਹੋ ਚੁੱਕੀ ਸੀ ਤੇ ਸਾਰੇ ਮੁਲਕ ਵਿੱਚ ਤੀਜੇ ਪੈਰ ਘੁੱਪ ਹਨੇਰਾ ਹੋ ਗਿਆ। ਇਬਾਦਤ ਖਾਨੇ ਦਾ ਪਰਦਾ ਵਿਚਕਾਰੋਂ ਪਾਟ ਗਿਆ। ਅਹਿਬਾਬ, ਮੈਂ ਆਪਣੀ ਰੂਹ ਤੇਰੇ ਹੱਥ ਦੇਣਾ ਵਾ।
ਜਦ ਸਿਪਾਹੀਆਂ ਦੇ ਕਪਤਾਨ ਨੇ ਇਹ ਮਾਜਰਾ ਡਿੱਠਾ, ਉਸ ਖੁਦਾ ਦੀ ਤਮਜੀਦ ਕੀਤੀ ਤੇ ਕਿਹਾ, ਰੱਬ ਦੀ ਤਮਜੀਦ ਹੋਵੇ, ਇਹ ਸੱਚਮੁੱਚ ਰਾਸਤਬਾਜ਼ ਆਦਮੀ ਸੀ। ਯੂਸਫ ਅਰਮਿਤੀਆ ਦਾ ਰਹਿਣ ਵਾਲਾ ਪੰਚਾਇਤ ਦਾ ਇੱਕ ਰੁਕਨ ਸੀ, ਜਿਹੜਾ ਇਸ ਸਾਰੇ ਕੰਮ ਤੋਂ ਖੁਸ਼ ਨਹੀਂ ਸੀ। ਉਸ ਪੈਂਤੂਸ ਪਲਾਤੂਸ ਕੋਲੋਂ ਸਬਤ ਦੇ ਦਿਨ ਤੋਂ ਪਹਿਲਾਂ ਯਸੂ ਦੀ ਲਾਸ਼ ਕਬਰ ਵਿੱਚ ਰੱਖਣ ਲਈ ਮੰਗੀ। ਮਾਫ ਕਰਨਾ, ਅਸੀਂ ਆਪਣੇ ਖੁਦਾਵੰਦ ਦੇ ਬਦਨ ਪਿੱਛੇ ਆਈਆਂ। ਸਭ ਆ ਸਕਦੇ ਨੇ, ਪਰ ਹੁਣ ਸਬਤ ਆ ਰਿਹਾ ਹੈ। ਇਤਵਾਰ ਨੂੰ ਸਵੇਰੇ ਸਵੇਰੇ ਉਹ ਖੁਸ਼ਬੋਦਾਰ ਚੀਜ਼ਾਂ ਲੈ ਕੇ ਯਸੂ ਦੀ ਕਬਰ ਤੇ ਆਈਆਂ। ਉਹਨਾਂ ਵੇਖਿਆ ਕਬਰ ਦਾ ਪੱਥਰ ਹਟਿਆ ਹੋਇਆ ਸੀ, ਤੇ ਜਦ ਕਬਰ ਦੇ ਅੰਦਰ ਗਈਆਂ ਤੇ ਉਹਨਾਂ ਵੇਖਿਆ ਕਿ ਯਸੂ ਦਾ ਬਦਨ ਉੱਥੇ ਕੋਈ ਨਹੀਂ ਸੀ। ਤੁਸੀਂ ਜ਼ਿੰਦਾ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ? ਉਹ ਇੱਥੇ ਨਹੀਂ ਹੈ, ਜ਼ਿੰਦਾ ਹੋ ਗਿਆ ਹੈ। ਯਾਦ ਕਰੋ, ਉਹਨੇ ਜਦੋਂ ਗਲੀਲ ਵਿੱਚ ਸੀ ਕੀ ਆਖਿਆ ਸੀ? ਇਬਨ ਆਦਮ ਗੁਨਾਹਗਾਰਾਂ ਦੇ ਹਵਾਲੇ ਕੀਤਾ ਜਾਏਗਾ ਅਤੇ ਉਹ ਉਹਨੂੰ ਸੂਲੀ ਦੇਣਗੇ, ਫਿਰ ਉਹ ਤੀਜੇ ਦਿਨ ਜੀ ਉੱਠੇਗਾ। ਅੰਦਰ ਗਈਆਂ ਤੇ ਖੁਦਾ ਦਾ ਬਦਨ ਉੱਥੋਂ ਗਾਇਬ। ਕੀ ਖੁਦਾਵੰਦ ਦਾ ਬਦਨ ਉੱਥੋਂ ਗਾਇਬ ਹੈ? ਦੋ ਬੰਦੇ ਨਜ਼ਰ ਆਏ, ਫਰਿਸ਼ਤੇ ਚਮਕਦੇ ਸੂਰਜ ਵਾਂਗ। ਸਾਨੂੰ ਕਿਹਾ, ਤੁਸੀਂ ਕਿਉਂ ਲੱਭਦੀਆਂ ਹੋ? ਜ਼ਿੰਦਾ ਨੂੰ ਮੁਰਦਿਆਂ ਵਿੱਚ, ਇਹ ਸੱਚ ਹੈ। ਯਕੀਨ ਕਰੋ, ਅਸਾਂ ਵੇਖਿਆ ਏ, ਜਾ ਕੇ ਆਪ ਵੇਖ ਲਓ, ਕਬਰ ਖਾਲੀ ਸੀ, ਉੱਥੇ ਨਹੀਂ ਸੀ। ਪਤਰਾ ਸਾਡਾ ਯਕੀਨ ਕਰੋ। ਯਸੂ ਸ਼ਾਗਿਰਦਾਂ ਵਿੱਚੋਂ ਦੋ ਤੇ ਜ਼ਾਹਿਰ ਹੋਇਆ ਤੇ ਉਹ ਖੁਸ਼ੀ ਨਾਲ ਭਰੇ ਹੋਏ ਵਾਪਸ ਆਏ।
ਖੁਦਾਵੰਦ ਸੱਚਮੁੱਚ ਜ਼ਿੰਦਾ ਹੋ ਗਿਆ ਹੈ। ਉਹ ਸ਼ਮਾਉਲ ਨੂੰ ਦੱਸਿਆ ਹੈ। ਅਸੀਂ ਉਹਨੂੰ ਪਛਾੜ ਹੀ ਨਹੀਂ ਸਕੇ। ਸੜਕ ਤੇ ਵੀ ਜਦ ਉਸ ਰੋਟੀ ਤੋੜੀ ਤਦ ਪਤਾ ਚੱਲਿਆ। ਅਮਾਊਸ ਵਿੱਚ ਕਿੰਨੀ ਅਜੀਬ ਗੱਲ ਹੈ। ਤੁਹਾਡੀ ਸਲਾਮਤੀ ਹੋਵੇ। ਤੁਸੀਂ ਹੈਰਾਨ ਕਿਉਂ ਹੋ? ਤੁਹਾਡੇ ਦਿਲ ਵਿੱਚ ਸ਼ੱਕ ਕਿਉਂ ਪੈਦਾ ਹੋਇਆ ਹੈ? ਵੇਖੋ ਮੇਰੇ ਹੱਥ ਤੇ ਪੈਰ, ਵੇਖੋ ਇਹ ਮੈਂ ਹੀ ਹਾਂ। ਮੈਨੂੰ ਹੱਥ ਲਾ ਕੇ ਵੇਖੋ। ਰੂਹ ਦੇ ਹੱਡੀ ਤੇ ਗੋਸ਼ ਨਹੀਂ ਹੁੰਦਾ ਜਿਸ ਤਰ੍ਹਾਂ ਮੈਨੂੰ ਵੇਖ ਰਹੇ ਹੋ। ਇਹ ਉਹੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਸਨ ਜਦੋਂ ਤੁਹਾਡੇ ਨਾਲ ਸਾਂ। ਹਰ ਇੱਕ ਗੱਲ ਜਿਹੜੀ ਹਜ਼ਰਤ ਮੂਸਾ ਦੀ ਸ਼ਰੀਅਤ, ਨਬੀਆਂ ਦੇ ਸਹੀਫਿਆਂ ਤੇ ਜ਼ਬੂਰ ਵਿੱਚ ਮੇਰੇ ਵੱਲੋਂ ਲਿਖੀ ਹੈ ਪੂਰੀ ਹੋਵੇਗੀ। ਇਹ ਵੀ ਲਿਖਿਆ ਹੋਇਆ ਹੈ, ਜ਼ਰੂਰ ਇਹ ਮਸੀਹ ਦੁੱਖ ਉਠਾਏ ਤੇ ਤੀਜੇ ਦਿਨ ਮੁਰਦਿਆਂ ਵਿੱਚ ਜੀ ਉੱਠੇ ਤੇ ਉਹਦੇ ਨਾਂ ਵਿੱਚ ਤੌਬਾ ਦੀ ਮਨਾਦੀ ਤੇ ਗੁਨਾਹਾਂ ਦੀ ਮਾਫ਼ੀ ਦੀ ਖੁਸ਼ਖਬਰੀ ਸਾਰੀ ਦੁਨੀਆਂ ਵਿੱਚ ਦਿੱਤੀ ਜਾਏ। ਇਹਦਾ ਸ਼ੁਰੂ ਯਰੂਸ਼ਲਮ ਤੋਂ ਹੋਵੇ। ਤੁਸੀਂ ਇਹਨਾਂ ਗੱਲਾਂ ਦੇ ਗਵਾਹ ਹੋ। ਮੈਂ ਆਪਣੇ ਬਾਪ ਦਾ ਵਾਅਦਾ ਤੁਹਾਨੂੰ ਯਾਦ ਦਿਲਾਉਣਾ ਵਾਂ। ਤੁਸੀਂ ਇਸ ਸ਼ਹਿਰ ਵਿੱਚ ਠਹਿਰੇ ਰਹੀ ਹੋ ਜਦੋਂ ਤੱਕ ਤੁਹਾਨੂੰ ਆਸਮਾਨੀ ਕੁਵਤ ਦਾ ਲਿਬਾਸ ਨਾ ਮਿਲੇ। ਖੁਦਾ ਤੁਹਾਨੂੰ ਬਰਕਤ ਦੇਵੇ ਤੇ ਬਚਾਵੇ। ਅਸਮਾਨ ਤੇ ਜ਼ਮੀਨ ਦਾ ਕੁੱਲ ਅਖਤਿਆਰ ਮੈਨੂੰ ਦਿੱਤਾ ਗਿਆ ਹੈ, ਇਸ ਲਈ ਸਾਰੀਆਂ ਕੌਮਾਂ ਵਿੱਚ ਜਾਓ ਤੇ ਉਹਨਾਂ ਨੂੰ ਬਾਪ, ਬੇਟੇ ਤੇ ਰੂਹ ਕੁਦਸ ਦੇ ਨਾਂ ਵਿੱਚ ਬਪਤਿਸਮਾ ਦਿਓ ਤੇ ਸਿਖਾਓ ਕਿ ਉਹਨਾਂ ਗੱਲਾਂ ਤੇ ਅਮਲ ਕਰਨ ਜਿਨ੍ਹਾਂ ਦਾ ਮੈਂ ਹੁਕਮ ਦਿੱਤਾ ਹੈ, ਤੇ ਵੇਖੋ ਮੈਂ ਦੁਨੀਆਂ ਦੇ ਆਖਿਰ ਤੱਕ ਤੁਹਾਡੇ ਨਾਲ ਹਾਂ। ਆਮੀਨ।